یوں کام کرو. کچھ دوستاں دی فرمائش تھی، خاص کر معروف چشتی صاحب دی اور دوسرے دوستاں دی، کہ جڑا نا بریڈ تے گل کیتی جائے، اور بریڈ چکن ڈاکٹر صاحب زادہ صاحب اکثر فرماندے نے کہ بریڈ ہو گئی ہے مخلوط ہون ہون، نہ تے لوگ کہندے نے نیلی تے نہ کہندے نے راوی، او کٹھے ہی کہندے نے نیلی راوی، تے تانوں اس واسطے تکلیف دیتی ہے کہ واری واری نیلی تے راوی تے کنڈی تے تھوڑی تھوڑی گفتگو کریے، بھراواں نوں پتہ چلے کہ اے الگ الگ نسلاں نے، نیلی راوی جڑی ہے اے نیلی اور راوی دی مخلوط نسل ہے، اے بذات خود ایک آپ نسل نہیں ہے. جی بالکل ملنگ صاحب، دونوں نسلاں لہدا لہدا سن، نیلی ایک جی لہدا چیز سی، راوی ایک لہدا چیز سی، اچھا تے جے اے ویسے ایک ٹرینڈ بن گئے ہے کہ ہر بندے دی زبان تے نیلی راوی، جی جیدی کوئی جی سندھن ہے انہیں بھی نیلی راوی آہ لینا ہے، جیدی کوئی چنادی انہیں بھی نیلی راوی آہ لینا ہے. جی جی ਇਹਦੇ ਵਿੱਚ ਜਿਹੜੇ ਨਵੇਂ ਭਰਾ ਨੇ ਇਹਨਾਂ ਨੂੰ ਜ਼ਿਆਦਾ ਮੁਸ਼ਕਲਾਂ ਹੁੰਦੀ ਹੈ ਕਿ ਉਹ ਜਾਂਦੇ ਨੇ, ਖਾਸ ਕਰ ਮੰਡੀਆਂ ਦੇ ਵਿੱਚ. ਤੁਹਾਨੂੰ ਅੱਛੀ ਤਰ੍ਹਾਂ ਪਤਾ ਹੈ ਕਿ ਬੰਦੇ ਜਿਹੜੇ ਨੇ ਫਨਕਾਰ ਆਉਂਦੇ ਨੇ, ਵੇਚਣ ਵਾਲੇ ਵੀ ਖਰੀਦਣ ਵਾਲੇ ਵੀ, ਤੇ ਜੇ ਨਵਾਂ ਬੰਦਾ ਉਹਨਾਂ ਦੇ ਕੋਈ ਢਾਏ ਚੜ ਜੇ ਤੇ ਉਹਦੀ ਖਲ ਵੀ ਲੈ ਜਾਂਦੀ ਹੈ. ਉਹ ਤਾਂ ਬਿਲਕੁਲ ਅੱਜ ਐਵੇਂ ਗੱਲ ਅਸੀਂ ਲੱਥਦੀ ਹੈ, ਲੱਥਦੀ ਹੈ. ਜੀ ਜੀ ਅੱਜ ਅਸੀਂ ਪਹਿਲਾਂ ਗੱਲ ਕਰਾਂਗੇ ਬਰੀਡ ਤੇ ਨੀਲੀ ਦੇ, ਰਾਵੀ ਦੇ ਤੇ ਕੁੰਡੀ ਦੇ ਚ ਫਰਕ, ਉਸ ਤੋਂ ਬਾਅਦ ਇਨਸ਼ਾਅੱਲਾ ਤਾਲਾ ਨਿਸ਼ਾਨੀਆਂ ਤੇ ਗੱਲ ਕਰ ਲਾਂਗੇ ਕਿ ਕੀ ਫਰਕ ਹੁੰਦਾ ਹੈ, ਕੀ ਤੱਕਣਾ ਚਾਹੀਦਾ ਜਿਸ ਲਈ ਮੱਝ ਖਰੀਦਣ ਚਾਹਣ. ਤੇ ਨੀਲੀ ਤੇ ਬਿਲਕੁਲ ਸ਼ੁਰੂ ਜੀ, ਹੋਈ ਹੈ ਮੇਰਾ ਖਿਆਲ. ਚਲੋ ਨੀਲੀ ਤੋਂ ਭਾਜੀ ਹੋ ਜਾਂਦੇ. ਜੀ ਜੀ ਤੇ ਨੀਲੀ ਦੀਆਂ ਮਤਲਬ ਖਸੂਸੀਅਤ ਰੋਸ਼ਨੀ ਪਾ ਉਹਨੂੰ ਥੋੜੀ ਥੋੜੀ ਕਰਕੇ. ਜੀ ਭਾਜੀ, ਨੀਲੀ ਤੇ ਰਾਵੀ ਚ ਡਿਫਰੈਂਟ ਜਿਹੜਾ ਨਾ ਬਹੁਤ ਜ਼ਿਆਦਾ ਹੈ. ਅਸੀਂ ਨੀਲੀ ਤੋਂ ਸ਼ੁਰੂ ਹੁੰਦੇ ਹਾਂ, ਅਤੇ ਨੀਲੀ ਦੀ ਪਹਿਲਾਂ ਅਸੀਂ ਬਾਤ ਤੋਂ ਸ਼ੁਰੂ ਹੁੰਦੇ ਹਾਂ ਕਿ ਜਿਹੜਾ ਨੀਲੀ ਦਾ ਮੂੰਹ ਹੈ ਉਹਦੀਆਂ ਨਾਸਾਂ ਨੇ ਛੋਟੀਆਂ ਹੁੰਦੀਆਂ ਨੇ, ਪਤਲਾ ਮੂੰਹ ਹੁੰਦਾ, ਨੱਕ ਦੀ ਹੱਡੀ ਉੱਤੋਂ ਚੁੱਕੀ ਹੁੰਦੀ ਹੈ, ਜੀ ਜੀ ਠੀਕ ਹੈ. ਗਰਦਨ ਉਹਦੀ ਲੰਮੀ ਹੁੰਦੀ ਹੈ ਭਾਜੀ. ਜੀ ਜੀ ਸਿੰਘ ਇਹਦੇ ਚ ਦੋ ਤਿੰਨ ਕਿਸਮ ਦਾ ਹੁੰਦਾ. ਪਹਿਲਾਂ ਪੁਰਾਣੇ ਸਿੰਘ ਜਿਹੜੇ ਹੁੰਦੇ ਹਨ ਪੁੱਠੇ ਹੁੰਦੇ ਹਨ ਕੁੰਡੇ, ਜੀ ਜੀ ਹੁਣ ਸਿੰਘ ਛੋਟੇ ਵੀ ਹੋ ਗਏ ਨੇ, ਬਿਲਕੁਲ ਕਲਿੱਪਾਂ ਨੁਮਾ. ਜੀ ਜੀ ਕਿਤਾਬਾਂ ਤੇ ਵੇਖੀਏ ਤੇ ਨੀਲੀ ਹੋਰ ਸੀ, ਜ਼ੁਬਾਨੀ ਵੇਖੀਏ ਨੀਲੀ ਹੋਰ, ਲਾਈਵ ਵੇਖੀਏ ਨੀਲੀ ਹੋਰ, ਠੀਕ ਹੋ ਗਿਆ. ਠੀਕ ਹੋ ਗਿਆ. ਤੇ ਸ਼ੁਰੂ ਹੁੰਦੇ ਆ ਬਾਤ ਤੋਂ. ਬਾਤ ਉਹਦਾ ਪਤਲਾ, ਨਾਸਾਂ ਉਹਦੀਆਂ, ਮੂੰਹ ਦੀ ਸ਼ੇਪ ਜਿਹੜਾ ਅਗਲਾ ਫਰੰਟ ਹੈ ਉਹ ਪਤਲਾ, ਕਿ ਜਿੰਝ ਪੰਜਾਬੀ ਮਿਸਾਲ ਵੀ ਦਿੰਦੇ ਨੇ ਗਲਾਸ 'ਚ ਪਾਣੀ ਪੀਣ ਵਾਲੀ ਮੱਝ. ਜੀ ਜੀ ਬਿਲਕੁਲ ਗਰਦਨ ਅੱਖਾਂ. ਪਤਲੀ, ਗਰਦਨ ਜੀ ਜੀ ਪਤਲੀ ਤੇ ਲੰਮੀ. ਜੀ ਜੀ ਅੱਖ ਬਿਲਕੁਲ ਜਨਾਬ ਉਹਦੇ 'ਚ ਬਲੈਕ ਵੀ ਪਾਈ ਜਾਂਦੀ ਹੈ ਨੀਲੀ 'ਚ, ਅੱਖ ਉਹਦੇ 'ਚ ਮਾਣਕੀ ਵੀ ਪਾਈ ਜਾਂਦੀ ਹੈ ਜਿਹਨੂੰ ਅਸੀਂ ਬਿੱਲੀ ਜਾਂਦੇ ਹਾਂ. ਜੀ 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 ਅੱਖਾਂ ਦੇ ਘੇਰੇ ਬਾਹਰ ਦੇ ਗੁਲਾਬੀ ਵੀ ਹੁੰਦੇ ਨੇ ਡੋਰੇ, ਜੀ ਜੀ ਵਾਈਟ ਡੋਰਾ ਵੀ ਆ ਜਾਂਦਾ ਹੈ. ਜਿਕਣਾ ਪੰਜ ਕਲਿਆਣ ਵਿੱਚ ਵੀ ਆਉਂਦਾ. ਜੀ ਜੀ ਵਿੱਚ ਵਾਲਾ ਜਿਹੜਾ ਅੱਖ ਦਾ ਬਲਬ ਹੈ ਉਹ ਨੀਲੀ ਭੈ ਵੀ ਮਾਰਦਾ ਠੀਕ ਹਲਕੀ ਹੋ ਵੀ. ਗਿਆ. ਉਸ ਤੋਂ ਪਿੱਛਾ ਅਸੀਂ ਗਰਦਨ ਤੇ ਜਾਂਦੇ ਹਾਂ, ਗਰਦਨ ਉਹਦੀ ਲੰਮੀ ਤੇ ਪਤਲੀ, ਲੰਮੀ ਲੱਤਾਂ ਔਰ ਉਹਦੀਆਂ ਬਰੀਕ. ਲੰਮੀਆਂ ਨੀਲੀ ਦੀਆਂ ਤੇ ਪਤਲੀਆਂ ਹੁੰਦੀਆਂ ਨੇ. ਜ਼ਿੰਦਾਬਾਦ. ਕੋਲੀ ਜਿਹੜੀ ਹੁੰਦੀ ਏ ਕਈਆਂ ਮੱਝਾਂ ਦੀਆਂ ਜਾਂ ਸੰਡਿਆਂ ਦੀ, ਇਹ ਚ ਜਾ ਕੇ ਲਮਕ ਜਾਂਦੀ ਹੈ, ਲੇਕਿਨ ਗੋਸ਼ਤ ਨੁਮਾ ਨਹੀਂ ਹੁੰਦੀ, ਹੁੰਦੀ ਕਾਗਜ਼ੀ ਹੈ ਜਿਹਨੂੰ ਅਸੀਂ ਪਤਲੀ ਆਨੇ ਆ. ਕੋਲੀ ਛੋਟੀ ਦਾ ਗੱਲ ਸਿਰਫ ਹੋ ਗਈ. ਨਿਸ਼ਾਨ ਹੁੰਦਾ, ਛੋਟੀ ਏ ਨਿਸ਼ਾਨ ਹੁੰਦਾ, ਲੇਕਿਨ ਗੋਸ਼ਤ ਨੁਮਾ ਨਹੀਂ ਹੁੰਦੀ. ਬਿਲਕੁਲ. ਕਾਵਾ ਜਿਹੜਾ ਨੀਲੀ ਦਾ ਅਕਸਰੀਅਤ ਉੱਚਾ ਗਿਣਿਆ ਜਾਂਦਾ ਦੂਜੀਆਂ ਮੱਝਾਂ ਦੀ ਨਿਸਬਤ, ਜੀ ਜੀ ਕਾਵੇਂ ਦੀਆਂ ਜ਼ਿਆਦਾ ਉੱਚੀਆਂ ਨੇ. ਥੋੜਾ ਬੈਕ ਹੋ ਜਾਓ, ਉਹਦੀਆਂ ਹੱਡੀਆਂ ਤੇ ਆ ਜਾਓ, ਜਾ ਹੱਡੀਆਂ ਨਫੀਸ ਤੇ ਪਤਲੀਆਂ. ਠੀਕ ਹੋ ਗਿਆ. ਪੁੱਠੇ ਦੀਆਂ ਹੱਡੀਆਂ ਭਾਜੀ ਉਹਦੀਆਂ ਚੂਈਆਂ ਨੁਮਾ ਹੁੰਦੀਆਂ ਨੇ, ਗੋਲ ਨਹੀਂ ਹੁੰਦੀ, ਠੀਕ ਹੈ.
ਕਿ ਜਿੰਝ ਕਿਸੇ ਮਾੜੇ ਬੰਦੇ ਦੀਆਂ ਹੱਡੀਆਂ ਨਜ਼ਰ ਆਉਂਦੀਆਂ ਹੁੰਦੀਆਂ ਜਿਸਮ ਤੋਂ ਬਾਅਦ, ਸੇਮ ਉਹ ਹੀ ਉਹਦਾ ਹਿਸਾਬ ਹੈ ਪੁੱਠਿਆਂ ਦਾ। ਪੁੱਠਿਆਂ ਦੀਆਂ ਹੱਡੀਆਂ ਚੁੰਝਾਂ ਵਾਲੀ ਜਿਹੜਾ ਹੁੰਦੀਆਂ, ਆਪਣੇ ਜਿਸ ਤਰ੍ਹਾਂ ਨੌਕਦਾਰ ਆਪਣੇ ਤਨਵੀਰ ਕੁੱਕਰ ਸਾਹਿਬ ਦੀਆਂ ਨੇ, ਜੀ, ਇਹਨਾਂ ਦੀ ਮਿਸਾਲ ਲਾ ਲਓ ਤੁਸੀਂ। ਚੁੰਝ ਠੀਕ ਨਮਾ ਹੈ ਥੱਲੇ ਪੇੜ ਤੇ ਆ ਜਾਓ, ਉਹ ਮੱਝ ਸੂਵਿਆਂ 'ਚ ਵੀ ਜੀ, ਜਾ ਕੇ ਆਪਣਾ ਪੇਟ ਨਹੀਂ ਲਮਕਾਉਂਦੀ, ਮਾਸ਼ਾਅੱਲਾ ਪੇਟ ਵੀ ਮਜ਼ਬੂਤ ਰੱਖਦੀਆਂ ਨੇ। ਧੁੰਨੀ ਨਾ ਮਮੂਲੀ ਜੀ, ਬਿਲਕੁਲ ਨਾ ਹੋਈ ਜੀ। ਬਾਜ਼ ਕਾਤ ਕਿਸੇ ਦੀ ਬਚਪਨ 'ਚ ਕੋਈ ਨਾੜੂ ਖਿੱਚਿਆ ਗਿਆ ਜਾਂ ਵਾਧਾ ਘਾਟਾ ਹੋ ਗਿਆ ਤਾਂ ਮੱਝ ਦੀ ਧੁੰਨੀ ਬਣ ਜੇ, ਤਾਂ ਉਹਨੂੰ ਇਹ ਨਹੀਂ ਕਿ ਅਸੀਂ ਨੀਲੀ ਨਹੀਂ ਕਹਿ ਸਕਦੇ, ਲੇਕਿਨ ਅਕਸਰੀਅਤ ਨੀਲੀ ਦੀ ਜਿਹੜੀ ਧੁੰਨੀ ਹੈ ਉਹ ਨਹੀਂ ਹੈ। ਥਣ ਛੋਟਾ ਹੁੰਦਾ, ਜੀ ਜੀ ਛੋਟਾ ਹੁੰਦਾ ਸਾਇਜ਼ 'ਚ, ਪਤਲਾ ਹੁੰਦਾ, ਮੋਟਾ ਥਣ ਨਹੀਂ ਹੈ। ਠੀਕ ਹੋ ਗਿਆ। ਪਿਛਲੀਆਂ ਲੱਤਾਂ ਤੇ ਵੀ ਆ ਜਾਂਦੇ ਹੋ ਐਂਗਲਾਂ ਤੇ, ਉਹ ਵੀ ਲੱਤਾਂ ਜਨਾਬ ਪਤਲੀਆਂ। ਪੁਛਲ ਵੀ ਉਹਦੀ ਪਤਲੀ ਤੇ ਜਿਸਮ ਵੀ ਇੰਜ ਜਿਵੇਂ ਜਨਾਬ ਮਲਾਈ ਹੁੰਦਾ, ਮੁਲਾਇਮ ਤੇ ਪਤਲਾ ਤੇ ਸ਼ਾਈਨਿੰਗ ਵਾਲਾ, ਜਿਹੜੀ ਅਸਲ ਹੈ। ਤੇ ਭਾਅ ਜੀ, ਇਸ ਤੋਂ ਇਲਾਵਾ ਨੀਲੀ ਦੀਆਂ ਖੂਬਸੂਰਤੀ 'ਚ ਮੱਝ ਅਕਸਰੀਅਤ ਹੁੰਦੀ ਹੈ, ਤੇ ਨੀਲੀ ਮਸ਼ਹੂਰ ਵੀ ਜਦੋਂ ਹੋਈਆਂ ਹਨ, ਜਾਂ ਨੀਲੀ ਦਾ ਨਾਂ ਚੜਿਆ ਸੀ ਉਹ ਚੜਿਆ ਸੀ ਥਣ ਵੀ, ਤੇ ਚੱਡਾ ਵੀ ਨੀਲੀ ਕੋਲ ਆਉਂਦਾ ਸੀ। ਅੱਜ ਕੱਲ੍ਹ ਤਾਂ ਜੀ ਸਿਰਫ ਜੀ ਹੱਡੀਆਂ ਹੀ ਹੈ ਨੇ, ਹੋਰ ਕੋਈ ਸ਼ੈ ਨੇ। ਠੀਕ ਹੋ ਗਿਆ। ਇਹਦੇ ਤੇ ਬੇਸ਼ੁਮਾਰ ਫੈਕਟਰ ਜੀ ਨੇ ਜੀ ਨਾ। ਪਹਿਲੇ ਨਾ ਸਿਰਫ ਕਿ ਜ਼ਿਮੀਂਦਾਰ ਜਿਹੜੇ ਨੇ ਉਹ ਡਾਲਟਾ ਘਿਓ ਲਿਆਣਾ ਵੀ ਬਹਿਣਾ ਸਮਝਦੇ ਸਨ ਆਪਣੇ ਵਾਸਤੇ, ਤੇ ਕਿਸੇ ਦੇ ਜੀ ਬੂਹੇ ਤੇ ਦੁੱਧ ਲੈਣ ਜਾਣਾ ਵੀ ਬਹਿਣਾ ਸਮਝਦੇ ਸਨ ਕਿ ਅਸੀਂ ਆਪ ਜ਼ਿਮੀਂਦਾਰ ਹਾਂ, ਕਿਸੇ ਦੇ ਕਿਉਂ ਜਾਈਏ। ਜੀ ਬਿਲਕੁਲ ਦੂਸਰਾ ਜਿਹੜਾ ਸਾਨੂੰ ਯੂਰਪ ਦੀ ਮਾਰ ਪਈ ਹੈ ਨਾ, ਖਾਸ ਕਰ ਸਾਨੂੰ ਗੁਜਰਾਤ ਵਾਲਿਆਂ ਨੂੰ ਚੋਖੀ ਪੈ ਗਈ ਹੈ, ਅੱਲਾ ਭਲਾ ਕਰੇ ਬਾਬੇ ਨੇਕ ਆਲਮ ਦਾ, ਕਿ ਜਿਉਂ ਜਿਉਂ ਪੈਸਾ ਆਇਆ ਨਾ, ਤੂੰ ਤੂੰ ਜ਼ਿਮੀਂਦਾਰਾਂ ਦੇ ਬੱਚੇ ਜ਼ਿਮੀਂਦਾਰੇ ਦੀ ਪਿਛਾਂ ਹਟਦੇ ਗਏ ਨੇ। ਬਿਲਕੁਲ ਇਹਦੀ ਵਜ੍ਹਾ ਤੀ ਉਹ ਦੇਖਭਾਲ ਨਹੀਂ ਰਹੀ। ਅੱਛਾ, ਇਹਦੇ ਇਲਾਕੇ ਤੇ ਗੱਲ ਕਰ ਰਹੀਏ, ਨੀਲੀ ਦਾ ਇਲਾਕਾ ਮਤਲਬ ਉਧਰ ਸੁਤਲਜ ਵਾਲੇ ਪਾਸੇ ਹੀ ਹੈ, ਪਾਕ ਪਤਨ ਮੈਲਸੀ ਵਾਲੀ ਜੀ ਬਿਲਕੁਲ ਬੇਸਿਕਲੀ। ਜਨਾਬ, ਬੇਸਿਕਲ ਅਸਲ ਇਲਾਕਾ ਉਹਦਾ ਉਹੀ ਹੈ। ਤੇ ਹੁਣ ਆਲ ਪਾਕਿਸਤਾਨ 'ਚ, ਪੰਜਾਬ ਸਾਰੇ 'ਚ ਨੀਲੀ ਦੀਆਂ ਮੱਝਾਂ ਜਾ ਚੁੱਕੀਆਂ ਨੇ। ਮਤ ਕੋਈ ਆਖਿਆ ਕਿ ਨੀਲੀ ਦੀ ਮੱਝ ਲੈਣੀ ਹੈ ਤਾਂ ਉਸੇ ਇਲਾਕੇ 'ਚ ਲੱਭ ਸਕਦੀ, ਹੋਰ ਕੋਈ ਨਹੀਂ ਲੱਭ ਸਕਦੀ। ਢੂੰਡੋ ਦੇ ਤਾਂ ਤੁਹਾਡੇ ਜ਼ਿਲ੍ਹਾ ਗੁਜਰਾਤ 'ਚ ਵੀ ਬੜੀਆਂ ਨੀਲੀ ਦੀਆਂ ਨੇ। ਬਸ ਇਹ ਵੀ ਠੀਕ ਇੱਕ ਹੋ ਨਜ਼ਰ ਗਿਆ। ਵੇਖਣ ਵਾਲੀ ਹੋਵੇ, ਕਿਸੇ ਦੋਸਤ ਦਾ ਮਸ਼ਵਰਾ ਲੈ ਲਓ, ਕਿਸੇ ਨੂੰ ਪੁੱਛ ਲਓ, ਦੱਸ ਲਓ, ਨੀਲੀ ਦੀ ਮੱਝ ਨੀਲੀ ਦੇ ਹੱਟ ਤੱਕ ਵੀ ਲੱਭ ਜਾਂਦੀ ਠੀਕ ਹੋ ਗਿਆ। ਮਤਲਬ ਹੈ ਕਿ ਜੇ। ਇਹਨਾਂ ਦੇ ਅਬਾਈ ਇਲਾਕੇ ਦੀ ਜੇ ਗੱਲ ਕਰੀਏ ਤੇ ਉਹ ਉਧਰ ਹੀ ਸੀ, ਸੁਤਲਜ ਵਾਲੇ ਪਾਸੇ, ਬਿਲਕੁਲ ਮੈਲਸੀ, ਪਾਕ ਪਤਨ ਔਰ ਤਹਿਸੀਲ ਮਤਲਬ ਪਾਕ ਪਤਨ ਕਰ ਲਓ ਉਸ ਇਲਾਕੇ ਵਿੱਚ। ਅੱਗੋਂ ਫਿਰ ਚਿੱਕਣ ਹੋਣਾ ਸੀ, ਪਾਕਿਸਤਾਨੀ ਸਾਰੀ ਦੁਨੀਆ ਵਿੱਚ, ਨੀਲੀ ਵੀ ਪੂਰੇ ਪਾਕਿਸਤਾਨ ਵਿੱਚ। ਜੀ ਫੈਲ ਗਈ ਹੈ ਨਾ ਬਹੁਤ ਅਰਸੇ ਤੋਂ ਜੀ ਜਨਾਬ, ਜੀ ਉੱਥੋਂ ਮੱਝਾਂ ਟ੍ਰਾਂਸਫਰ ਹੋ ਕੇ ਦੋਸਤ ਲੈ ਕੇ ਜਾ ਰਹੇ ਨੇ, ਜਿਹੜੇ ਲੈ ਕੇ ਜਾ ਰਹੇ ਨੇ, ਜ਼ਾਰੀ ਗੱਲ ਉਹਨਾਂ ਨੇ ਘਰ ਜਾ ਕੇ ਸਵਾਈਆਂ ਵੀ ਨੇ ਨਾ, ਅੱਗੋਂ ਕਿਸੇ ਨੇ ਸੇਲ ਵੀ ਬਿਲਕੁਲ ਕੀਤੀਆਂ ਨੇ, ਸੰਡੇ ਵੀ ਲੈ ਗਏ ਨੇ, ਉਹ ਸੰਡੇ ਜਾ ਕੇ ਦੇਸੀ ਮੱਝਾਂ ਤੇ ਵੀ ਕ੍ਰਾਸ ਹੁੰਦੇ ਰਹੇ ਨੇ, ਦੂਜੀਆਂ ਤੇ ਵੀ ਹੋਏ ਨੇ। ਅੱਗੋਂ ਅਕਸਰੀਅਤ ਨਸਲ ਜਿਹੜੀ ਹੈ ਨਾ ਉਧਰ ਹੈ ਵੇ, ਅਸੀਂ ਆਖੀਏ ਸਿਰਫ ਅੱਛਾ ਉੱਥੇ ਜੀ, ਰਹਿ ਗਈ, ਉਹ ਗੱਲ ਗਲਤ ਹੈ ਇੱਕ ਹੋਰ ਸਵਾਲ ਹੈ ਚੀਮਾ ਸਾਹਿਬ, ਜੀ। ਭਾਅ ਜੀ ਕੋਈ ਮਤਲਬ ਹੈ ਅੱਜ ਕੱਲ ਤੁਹਾਨੂੰ ਪਤਾ ਫਿਰ ਪੱਗ ਸ਼ੱਗ ਤੇ ਹਰ ਬੰਦੇ ਸਿਰ ਤੇ ਬੰਨੀ ਹੈ, ਤੇ ਇਹ ਜਿਹੜੇ ਸਿੰਘ ਨੇ, ਜੀ ਕਿ ਹੋ ਸਕਦਾ ਮੇਰਾ ਤੁਹਾਡਾ ਪੁਆਇੰਟ ਆਫ ਵੀ ਇੱਕ ਹੀ ਹੋਏ, ਸਿੰਘ ਜਿਹੜੇ ਨੇ ਇਹ ਕਿੰਗਰੀਆਂ ਵਾਲੇ ਸਿੰਘ ਸਿਰਫ ਨੀਲੀ ਚ ਪਾਏ ਜਾਂਦੇ ਨੇ ਜਾਂ ਹੋਰ ਨਸਲ ਵਿੱਚ ਵੀ ਆਉਂਦੇ ਨੇ? ਨਹੀਂ, ਗਲਤ ਗੱਲ ਹੈ ਜਨਾਬ। ਕਿੰਗਰੀ ਵਾਲਾ ਸਿੰਘ ਸਿਰਫ ਨੀਲੀ 'ਚ ਪਾਇਆ ਜਾਣਾ ਜਾਂ ਇਸ ਗੱਲ ਤੇ ਬਹਿਸ ਕਰਨਾ ਜਾਂ ਆਖਣਾ ਕਿ ਸਿਰਫ ਐਸੇ ਨਸਲ 'ਚ ਹੈ, ਨਹੀਂ, ਹੋਰ ਨਸਲਾਂ 'ਚ ਵੀ ਹੈ ਨੇ। ਜੀ ਜੀ ਬਿਲਕੁਲ, ਕਿਉਂਕਿ ਜੋ ਜੋ ਸਿੰਘ ਟਰਨ ਹੁੰਦਾ, ਤੂੰ ਪਹਿਲਾਂ ਇਹਦਾ ਤੂੰ ਸਿੰਘ ਅੰਦਰੂਨੀ ਸੀ, ਸਿੰਘ ਜਿਹੜਾ। ਪਹਿਲਾਂ ਇਹਦਾ ਸਿੰਘ ਸੀ ਪੁੱਠਾ, ਇਹ ਮੇਰੇ ਹੱਥ ਦੀ ਜੀ ਸ਼ੇਪ ਜੀ ਵੇਖ ਰਹੇ ਹੋ ਸਿੱਧੀ ਹੈ, ਅਗਰ ਇਹਨੂੰ ਮੈਂ ਉਲਟਾ ਕਰਾਂ ਦਾ ਤੇ ਇਹ ਜਿਹੜਾ ਮੇਰਾ ਕੁੰਡ ਹੈ ਇਹ ਬਾਹਰਲੀ ਸਾਈਡ ਤੇ ਜਾਏਗਾ, ਬਿਲਕੁਲ ਬਾਹਰਲੀ ਬਿਲਕੁਲ ਸਾਈਡ। ਪਹਿਲਾਂ ਪੁਰਾਣੇ ਸਿੰਘ ਇਹ ਵੀ ਕਈਆਂ ਮੱਝਾਂ ਦੇ ਆਏ ਨੇ, ਠੀਕ ਹੈ, ਕਈਆਂ ਦੇ ਬਿਲਕੁਲ ਕਲਿੱਪ ਬਣ ਕੇ ਉੱਤੇ ਆ ਗਏ ਨੇ, ਕਈਆਂ ਠੀਕ ਹੋ ਦੇ ਗਿਆ। ਕਿੰਗਰੀਆਂ ਵਾਲੇ ਆ ਗਏ ਨੇ, ਕਈਆਂ ਦੇ ਜੀ ਜਿਹਦੀ ਕਿੰਗਰੀ ਹੈ ਜੀ ਉਹ ਨੀਲੀ 'ਚ। ਅੱਛਾ, ਜੇ ਕਿੰਗਰੀ ਵਾਲਾ ਸਿੰਘ ਨੀਲੀ 'ਚ ਤੇ ਜਿਹੜੀਆਂ ਦੂਜੀਆਂ ਨੀਲੀ 'ਚ ਮੱਝਾਂ ਨੇ, ਫਿਰ ਉਹ ਨੀਲੀ ਨਾ ਗਿਣੋ ਉਹਨੂੰ।
हाँ, या फिर जिहड़ियां दूजी नस्ल दे विच किंगरियां वाले सिंग ने उन्हां नूं भी नीली गिणी है। ठीक है, कुंडी च भी पाया जाता है, अम्मा च क्रास भी आ जाती है, तद भी ओ आ जाता है। सिंधना कई मंडी च आउंदियां ने, अक्सरियत सिंध दी मंडी दी लाइव वीडियो चलदी हुंदी, ओहदे च वेखण नूं लभदियां ने। ठीक हो गया। इंडिया च अच्छा जिहड़ा ठीक, सिंध, इंडिया च जिहड़ा सिंध है, उत्थे जिहड़े कुंडी दे संडे ने, उन्हां दीआं तस्वीरां पिछे जे काफी देर घूमदियां रहियां ने जनाब फेसबुक ते, उन्हां दे भी सेम अच्छा किंगरी वाले आए ने। असीं यह ठीक बाद चू है। गल्लां करने आ। इहदा जिहड़ा दुद्ध दा पीरियड है ना, नीली दी इक होर है वे, कि दुद्ध दा पीरियड लंबा समा तक है, कि क्रॉस होण तों बाद वी इह देंदी रहिंदी। अगर ठीक इहदी हो गया। एवरेज 10 किलो है जां 12 किलो है, असीं वड्डियां छालां नहीं मारदे, ओरिजिनल दुद्ध ऐ ही हुंदे ने। आखी एक या 20 किलो जां सी 22 किलो जां 25 किलो, ओह गलत गल्लां ने। ते ओह ऐ वे कि क्रॉस होण तों बाद वी लंबे समय तक अपना दुद्ध एवरेज बरकरार रखदियां ने, जिदी वजह तों नीली दी नस्ल नूं जरा ज्यादा तरजीह दित्ती गई सी उदों। जी इक जी एक इहदा मिनट होर भैया है सर, कि बड़ी शरीफ है ते भली मानस है, कि बंदे ते विष छेती जांदी है। एक मिनट दे, जितने दोस्त कमेंट कर रहे ने सब नु खुश आमदीद ते वालेकुम सलाम, क्योंकि सलाम दा जवाब देना फर्ज हो जाता है। तुसी बार बार सलाम सारे कर रहे हो। गुफ्तगू दी बाद इंशाल्लाह तुहाडे नाल गप लभेगी, सलाम दुआ भी होएगी और सवाल जवाब भी होणगे। जी चीमा साहब, ਇਹ ਜਿਹੜੀਆਂ ਸਨ ਨੀਲੀ ਦੀਆਂ ਕੁਝ ਚੰਦ ਨਿਸ਼ਾਨੀਆਂ ਸਨ ਜਿਹੜੀਆਂ ਬੰਦੇ ਮਿਲਦੇ ਨੇ। ਉਂਝ ਜੇ ਅੱਗੋਂ ਪਿੱਛੋਂ ਮੰਡੀਆਂ ਤੋਂ ਵੀ ਕਈ ਦੋਸਤ ਨੇ ਲਈ ਜਾਂਦੇ ਨੇ ਜਾ ਕੇ, ਜਿਹੜੇ ਨੀਲੀ ਦੇ ਵਪਾਰੀ ਨੇ, ਬਰੀਡਰ ਨਾਮ ਦੀ ਤਾਂ ਮੈਂ ਗੱਲ ਹੀ ਨਹੀਂ ਕਰਦਾ, ਨਾ ਸਾਡੀ ਉਹਨਾਂ ਨਾਲ ਕੋਈ ਤਨਾਜ਼ਲ ਹੈ, ਨਾ ਲੈਣ ਨਾ ਦੇਣ। ਲਾਹੌਰ ਮੰਡੀ ਚ ਟੁਰ ਜਾਈਏ, ਕੜੇ ਮੰਡੀ ਚ ਟੁਰ ਜਾਈਏ, ਕੱਟੀਆਂ ਸੋਹਣੀਆਂ ਸੋਹਣੀਆਂ ਲੈ ਜਾਂਦੇ ਨੇ, ਉਹਨਾਂ ਨੂੰ ਬੁੱਚ ਪਾ ਕੇ ਵਾਪਸ ਫਿਰ ਸਾਡਿਆਂ ਨੂੰ, ਬੰਦਿਆਂ ਨੂੰ ਨੀਲੀ ਦੀਆਂ ਬਣਾ ਬਣਾ ਦੇਈ ਆਉਂਦੇ ਨੇ, ਆ ਵੀ ਨੀਲੀ ਲੈ ਜਾਓ। ਉਹਦੇ ਚ ਬੰਦੇ ਜੀ ਫਿਰ ਜੀ ਜਿਹੜੇ ਜੀ ਬਹੁਤ ਹੁਸ਼ਿਆਰ ਨੇ, ਉਹ ਮਾਰ ਖਾ ਹੀ ਜਾਂਦੇ ਨੇ ਅਕਸਰੀਅਤ। ਹਾਂ ਜੀ, ਇੱਕ ਫਿਰ ਡੱਬੇ ਤੇ ਇੱਕ ਜਿਹੜਾ ਠੱਪਾ ਹੁੰਦਾ ਨਾ, ਜੇ ਠੱਪਾ ਵੇਖ ਕੇ ਤੇ ਤੁਸੀਂ ਆਖ ਲੈਣਾ ਨੀਲੀ, ਜਾਂ ਠੱਪਾ ਵੇਖ ਕੇ ਤੁਸੀਂ ਮੰਨ ਲੈਣਾ ਕਿ ਵਾਕਈ ਇਸ ਘਰ ਦੀ ਬਰੀਡ ਹੈ, ਉਹਦੇ ਤੋਂ ਜ਼ਰਾ ਜੀ ਥੋੜਾ ਜਿਹਾ ਬੰਦੇ ਨੂੰ ਤਿਆਤ ਕਰਨੀ ਚਾਹੀਦੀ ਹੈ। ਨੀਲੀ 'ਚ ਸੱਚੇ ਬੰਦੇ ਬੜੇ ਨੇ, ਸਾਡਾ ਨਾ ਉਹਨਾਂ ਨਾਲ ਕੋਈ ਬਹਿਸ ਨਾ ਬਹਿਸ ਹੈ, ਲੇਕਿਨ ਦੋ ਜੀ ਨੰਬਰੀ ਸਾਡੇ ਪਾਕਿਸਤਾਨ 'ਚ ਬੇਸ਼ੁਮਾਰ ਜਾਈ, ਜਿਹੜੀ ਅਕਸਰੀਅਤ ਹਰ ਬੰਦੇ ਕੰਮ, ਕਰਦੇ ਨੇ। ਹਰ ਕੰਮ ਹੈ ਜੀ। ਅੱਛਾ, ਜਵਾਦ ਅਕਬਰ ਭਾਈ ਕਹਿ ਰਹੇ ਨੇ ਕਿ ਹੈਡ ਸਲਮਾਨ ਕੀਤੀ ਇਲਾਕਾ ਸ਼ੁਰੂ ਹੁੰਦਾ ਇਹਨਾਂ ਦਾ ਤੋੜ, ਫਿਰ ਤਹਿਸੀਲ ਪਾਕ ਪਤਨ ਬੈਲਸੀ ਤੱਕ। ਇਹ ਤੇ ਹੋ ਗਈ ਜੀ ਨੀਲੀ। ਹੁਣ ਤੱਕ ਚੀਮਾ ਸਾਹਿਬ ਨੇ ਫਰਮਾਇਆ ਜਨਾਬ ਕਿ ਨੀਲੀ ਜਿਹੜੀ ਹੈ ਗਰਦਨ ਲੰਮੀ ਤੇ ਬਰੀਕ ਹੁੰਦੀ ਹੈ, ਬੂੰ ਬਰੀਕ ਹੁੰਦਾ, ਅੱਖ ਥੋੜੀ ਲੰਮੀ ਹੁੰਦੀ ਹੈ ਦੂਜੀਆਂ ਦੀ ਨਿਸਬਤ, ਪਸਲੀਆਂ ਖੁੱਲੀਆਂ ਹੁੰਦੀਆਂ ਨੇ, ਜਿਸਮ ਤੇ ਵਾਲ ਹੁੰਦੇ ਨੇ, ਲੱਤਾਂ ਪਤਲੀਆਂ ਔਰ ਲੰਮੀਆਂ ਹੁੰਦੀਆਂ ਨੇ, ਕੋਹਲੀ ਦੀ ਛੋਟੀ ਹੁੰਦੀ ਹੈ, ਸਿੰਘ ਬਰੀਕ ਹੁੰਦੇ ਨੇ ਤੇ ਘੁੰਮੇ ਹੁੰਦੇ ਨੇ, ਅਗਲਾ ਹਿੱਸਾ ਇਹਦਾ ਹਲਕਾ ਹੁੰਦਾ ਤੇ ਪਿਛਲਾ ਹਿੱਸਾ ਇਹਦਾ ਚੌੜਾ ਹੁੰਦਾ ਹੈ। ਇਹ ਅੱਗੋਂ ਅਸੀਂ ਅੱਗੋਂ ਲੰਮੀ ਇੰਜੇ ਸਬੀਲੀ ਦੀ ਭਾਈ ਗੱਲ ਜਾਨ, ਕਰ ਰਹੇ। ਭਾਈ ਜਾਨ ਅੱਗੋਂ ਇੰਜੇ ਜਿੰਜ ਬੰਦ ਕਿਤਾਬ ਹੁੰਦੀ ਏ, ਪਿਛਲੇ ਜਿਆ ਜਿਆ ਪਾਸੇ ਹੋ ਜਾਓ, ਜਿੰਜ ਕਿਤਾਬ ਦੇ ਵਰਕੇ ਖੋਲ ਲਈਦੇ ਨੇ ਨਾ, ਜੀ, ਉਹ ਚੀਜ਼ ਏ। ਅੱਗੋਂ ਮਤਲਬ ਬਿਲਕੁਲ ਇਹ ਕਿ ਪਤਲੀ ਪਿੱਛੋਂ ਚੈੜੀ। ਅਸੀਂ ਤੇ ਜਿਹੜੀ ਗੱਲਬਾਤ ਕਰਨੀ ਉਹ ਕਰਨੀ ਹੈ ਐਵਰੇਜ ਤੇ, ਕਿਉਂਕਿ ਹਰ ਜੀ ਨਸਲ ਦੇ ਵਿੱਚ ਫਿਰ ਬਲੱਡ ਲਾਈਨ ਵੱਖਰੀ ਵੱਖਰੀ ਹੋ ਜਾਂਦੀ ਹੈ, ਕਈਆਂ ਦਾ ਥੋੜਾ ਜਿਹਾ ਸਾਂਚਾ, ਲੇਕਿਨ ਐਵਰੇਜ ਇਹੀ ਹੈ ਜੋ ਕੁ ਚੀਮਾ ਸਾਹਿਬ ਨੇ ਨਿਸ਼ਾਨੀਆਂ ਦੱਸੀਆਂ ਨੇ। ਔਰ ਸਿਰਫ ਰਾਵੀ ਦੇ ਵਿੱਚ ਪੰਜ ਕਲਿਆਣ ਨਹੀਂ ਹੁੰਦੀ, ਨੀਲੀ ਦੇ ਵਿੱਚ ਵੀ ਪੰਜ ਕਲਿਆਣ ਹੋ ਸਕਦੀ ਹੈ। 5 ਕਲਿਆਣ ਜਨਾਬ ਹਰ ਨਸਲ 'ਚ ਆ ਸਕਦੀ, ਕਿਉਂ ਨਹੀਂ ਆ ਸਕਦੀ? ਰੰਗ ਰੱਬ ਦੀ ਦੇਣ ਹੈ, ਜਿਆ ਆ ਜਿਆ ਸਕਦਾ। ਜੀ। ਅੱਛਾ, ਇਹ ਤੇ ਹੋ ਗਈ ਜੀ ਨੀਲੀ ਦੀ ਕਵਰੇਜ ਹੋ ਗਈ, ਰਾਵੀ ਵਾਲੇ ਪਾਸੇ ਆ ਜਾਈਏ। ਜੀ ਆ ਜਾਓ ਰਾਫੀ ਵਾਲੇ ਪਾਸੇ ਭਾਈ ਜੀ, ਰਾਫੀ ਦਾ ਜਿਹੜਾ ਬਥਾੜ ਹੈ ਚੈੜਾ ਹੁੰਦਾ ਹੈ, ਜੀ ਖੁੱਲਾ ਹੁੰਦਾ, ਬਾਤ ਮੂੰਹ ਭਾਰਾ ਹੁੰਦਾ, ਜੀ ਮੂੰਹ ਦਾ ਭਾਰਾ ਹੁੰਦਾ, ਸਿਰ ਉਹਦਾ ਚੈੜਾ ਹੁੰਦਾ। ਨੀਲੀ ਦਾ ਸਿਰ ਠੀਕ ਹੈ ਪਤਲਾ ਹੈ, ਰਾਵੀ ਦਾ ਸਿਰ ਚੈੜਾ ਹੁੰਦਾ, ਅੱਖਾਂ ਕਾਲੀਆਂ ਠੀਕ ਵੀ ਹੈ ਹੈ ਨੇ, ਜੀ। ਰਾਵੀ 'ਚ ਅੱਖ ਚਿੱਟੀ ਵੀ ਆ ਜਾਂਦੀ ਹੈ, ਕੋਈ ਐਸੀ ਗੱਲ ਨਹੀਂ ਕਿ ਚਿੱਟੀ ਅੱਖ ਸਿਰਫ ਨੀਲੀ 'ਚ ਰਹਿਣੀ, ਇਹਦੇ 'ਚ ਵੀ ਆਉਂਦੀ। ਬਿਲਕੁਲ ਸਹੀ ਗੱਲ ਠੀਕ ਜੀ ਹੈ, ਜੀ ਅੱਖਾਂ ਮੋਟੀਆਂ ਹੁੰਦੀਆਂ ਨੇ, ਜੀ ਗਰਦਨ ਥੋੜੀ ਛੋਟੀ ਹੁੰਦੀ ਹੈ ਨੀਲੀ ਦੀ ਨਿਸਬਤ, ਜੀ ਇਹਦੀ ਕੋਲੀ ਦਾ ਜਿਹੜਾ ਮਾਸ ਹੈ ਉਹ ਵੱਡਾ ਹੁੰਦਾ ਹੈ, ਭਾਰਾ ਹੁੰਦਾ ਹੈ, ਜਿੰਝ ਗੋਸ਼ਤ ਨੁਮਾ ਹੁੰਦਾ ਥੋੜਾ। ਜੀ ਠੀਕ ਹੋ ਗਿਆ ਲੱਤਾਂ ਮੋਟੀਆਂ ਹੁੰਦੀਆਂ ਨੇ ਤੇ ਛੋਟੀਆਂ ਹੁੰਦੀਆਂ ਨੇ। ਜੀ।
ਠੀਕ ਹੋ ਗਿਆ। ਇਹਦੇ ਮਤਲਬ ਥੱਲੇ ਹੈ ਧੁੰਨੇ, ਇਹਦੇ ਥੱਲੇ ਧੁੰਨੇ ਵੀ ਆਉਂਦੀ ਹੈ, ਇਹਦੀ ਉਹਦੇ ਨਾਲ ਵੱਖੀ ਵੀ ਥੋੜੀ ਵੱਡੀ ਹੁੰਦੀ ਹੈ। ਨੀਲੀ ਦੇ ਥੋੜਾ ਜਿਹਾ ਉਲਟ ਹੈ ਕਿ ਮਤਲਬ ਇਹਦੀ ਇਹਦੀ ਸਕਿਨ ਵੀ ਥੋੜੀ ਜਿਹੀ ਜਿਲਦ ਵੀ ਦੀ ਉਹਦੇ ਨਾਲ ਮੋਟੀ ਹੁੰਦੀ ਹੈ, ਮੋਟੀ ਹੁੰਦੀ ਹੈ ਬਿਲਕੁਲ, ਔਰ ਨੀਲੀ ਦੇ ਜਿਸਮ ਤੇ ਵਾਲ ਜ਼ਿਆਦਾ ਹੁੰਦੇ ਨੇ ਇਹਦੇ ਤੇ ਘੱਟ ਉਹਦੇ ਹੁੰਦੇ ਨੇ। ਪਸ਼ਮ, ਉਹਦੇ ਤੇ ਪਸ਼ਮ ਨੀਲੀ ਦੀ ਹੱਦ ਤੱਕ ਉਸ ਜੂ ਤੱਕ ਰਹਿੰਦੀ ਹੈ ਜਿਹਨੂੰ ਉੱਥੋਂ ਨਿਕਲ ਕੇ ਉਰੋਂ ਆਉਂਦੀ ਹੈ ਸਾਡੇ ਪੰਜਾਬ 'ਚ, ਇੱਧਰ ਆ ਜਾਂਦੀ ਹੈ ਇਲਾਕੇ 'ਚ, ਇੱਧਰ ਦੇ ਪਾਣੀ ਦੇ ਹਿਸਾਬ ਨਾਲ ਉਹ ਆਸਤਾ ਆਸਤਾ ਵਾਲ ਖਤਮ ਹੋ ਜਾਂਦੇ, ਵਾਲ ਨਹੀਂ ਰਹਿੰਦੇ ਠੀਕ ਜਿਹੜੀ ਹੋ ਉੱਥੇ ਪਸ਼ਮ ਰਹਿੰਦੀ ਹੈ। ਇਹਦਾ ਬਿਲਕੁਲ ਪੁੱਠਾ ਚੈੜਾ ਮੈਂ ਹੁੰਦਾ, ਆਪਣੇ ਛੱਡ ਪੁੱਠਾ ਜੀ ਜੀ ਚੈੜਾ ਹੁੰਦਾ, ਪੁੱਠਾ ਭਾਈਜਾਨ ਚੈੜਾ ਹੁੰਦਾ, ਹੱਡੀਆਂ ਇਹਦੀਆਂ ਗੋਲ ਹੁੰਦੀਆਂ ਨੇ, ਖੁੱਚਾਂ ਇਹਦੀਆਂ ਜ਼ਰਾ ਜਾ ਜਾ ਮੋਟੀਆਂ ਹੁੰਦੀਆਂ ਨੇ, ਫੁਸ਼ਲ ਦਾ ਨੁਮਾ ਠੀਕ ਜ਼ਰਾ ਹੈ ਮੋਟਾ ਹੈ, ਕੰਡ ਦੀ ਪੱਧਰੀ ਹੁੰਦੀ ਹੈ, ਜੀ ਜੀ ਕੰਨ ਮੋਟਾ ਹੁੰਦਾ ਹੈ, ਫੁੱਲਾ ਹੁੰਦਾ ਹੈ, ਚੱਡਾ ਵੱਡਾ ਹੁੰਦਾ, ਜਿੰਦਾਬਾਦ। ਧੁੰਨੀ ਇਹਦੇ ਥੱਲੇ ਜ਼ਰਾ ਲੰਮੀ ਆਉਂਦੀ ਹੈ, ਅਕਸਰੀਅਤ ਹੁਣ ਢੂੰਡਣ ਚ ਲੱਭੀ ਹੈ ਤੇ ਨੀਲੀ ਲੱਭ ਜਾਂਦੀ ਹੈ, ਰਾਵੀ ਅਕਸਰੀਅਤ ਖਤਮ ਹੋ ਚੁੱਕੀ ਹੈ, ਜ਼ਿਆਦਾ ਮੁਸ਼ਕਲ ਹੈ ਬਹੁਤ ਜ਼ਿਆਦਾ ਮੁਸ਼ਕਿਲ ਹੋ ਗਈ, ਕੋਨਾ ਜੀ ਦਰਗਿਆ ਦਰ ਜੀ ਘੱਟ ਬੰਦਿਆਂ ਗਾਉਣਗੀਆਂ ਜਿਨ੍ਹਾਂ ਕੋਲ ਰਾਵੀ ਬਲੱਡ ਪਿਓਰ ਹੋਵੇ, ਜਾ ਜਾ ਮਖਲੂਤ ਤੇ ਹੋ ਦੁੱਧ ਗਿਆ ਨਾ, ਨਸਲਾਂ ਜੀ, ਮਿਕਸ ਹੋ ਗਈਆਂ। ਦੁੱਧ ਦਾ ਪੀਰੀਅਡ ਜਿਹੜਾ ਜੀ ਰਾਵੀ ਦਾ ਨੀਲੀ ਨਾਲ ਘੱਟ ਹੈ, ਤੇ ਪਹਿਲੇ ਤਰੇ ਜੀ ਜੀ 4 ਮਹੀਨੇ ਤੇ ਛਾਲਾ ਮਾਰਦੀ ਹੈ ਨਾ, ਜਾ ਜਾ ਨਹੀਂ ਨਾਲ ਰਲਣ ਦਿੰਦੀ, ਜਿਹਨੂੰ ਫਿਰ ਕਰਾਸ ਹੁੰਦੀ ਹੈ, ਫਿਰ ਉਦੋਂ ਡਾਊਨ ਹੁੰਦੀ, ਠੀਕ ਹੋ ਗਿਆ ਤੋ ਨੀਲੀ ਇਹਦੇ ਤੋਂ ਤਦ ਵੱਜ ਜਾਂਦੀ ਹੈ ਕੋ ਕਰਾਸ ਹੋ ਕੇ, ਇਹਦਾ ਵੀ ਉਹਦਾ ਮਰਹਲ ਜਿਹੜਾ ਉਹ ਨਾਲੋਂ ਨਾਲ ਚੱਲਦਾ ਰਹਿੰਦਾ। ਜੀ ਜੀ ਅੱਛਾ, ਇਹਦਾ ਮਤਲਬ ਹੈ ਕਿ 22 ਲੱਖਾ ਕਰ ਲਈਏ ਸਾਂਦਲਬਾਰ, ਜੀ ਔਰ ਪੂਛਲੇ ਦਾ ਗੁੱਛੇਦਾਰ ਹੋ ਗਿਆ, ਕੋਲੀ ਵੱਡੀ ਹੋ ਗਈ, ਧੌਣ ਮੋਟੀ ਹੋ ਗਈ, ਸਿੰਗ ਮੋਟੇ ਗੋਲ, ਵੱਖੀ ਵੱਡੀ ਹੋ ਗਈ, ਨੀਲੀ ਦੀ ਨਿਸਬਤ ਇਹਦੀ ਵੱਖੀ ਵੱਡੀ ਹੋ ਗਈ, ਜੀ ਵੱਡੀ ਹੋ ਗਈ, ਲੱਤਾਂ ਵੀ ਦੀਆਂ ਉਹਦੀ ਨਿਸਬਤ ਮੋਟੀਆਂ ਹੋ ਗਈਆਂ। ਲੇਕਿਨ ਜਿਹੜੇ ਬੰਦਿਆਂ ਕੋਲ ਨੀਲੀ ਰਾਵੀ ਆ ਨਾ ਜਨਾਬ, ਉਹ ਜੀ ਨੀਲੀ ਦੇ ਜੀ ਮੁੱਲ ਵੀ ਨਾ ਦੇਣ, ਨੀਲੀ ਦੇ ਮੁੱਲ ਤੇ ਜਾ ਵੀ ਨਾ ਜਾ ਦੇਣ ਕਿ ਵਜੋਂ। ਬਿਲਕੁਲ ਸਹੀ ਗੱਲ ਹੈ ਜੀ, ਜਿਨ੍ਹਾਂ ਸ਼ੌਕ ਨਾਲ ਬਰੀਡ ਆਪਣੀ ਤਿਆਰ ਕੀਤੀ ਹੈ, ਪਹਿਲੀ ਤਾਂ ਗੱਲ ਹੈ ਕਿ ਸ਼ੌਕੀਨ ਲੋਕ ਬਹੁਤ ਘੱਟ ਆਪਣੇ ਪਸੰਦੀਦਾ ਜਾਨਵਰ ਵੇਚਦੇ ਨੇ, ਦੂਜੇ ਨੰਬਰ ਤੇ ਬਿਲਕੁਲ ਦਿੰਦੇ ਵੀ ਨੇ ਤੇ ਯਾਰਾਂ ਸੱਜਣਾਂ ਨੂੰ ਦੇ ਲੈਂਦੇ ਨੇ, ਕਿਸੇ ਵਪਾਰੀ ਦੇ ਢਾਏ ਨਹੀਂ ਚਾੜਦੇ ਹਨ, ਨਾ ਭਾਜ, ਤੇ ਇਹਨਾਂ ਸਾਡੇ ਦਾ ਠੀਕ ਹੋ ਡਿਫਰੈਂਟ ਗਿਆ। ਨੀਲੀ ਦਾ ਤੇ ਰਾਵੀ ਦਾ ਡਿਫਰੈਂਟ ਕਰੀਏ ਨਾ, ਤੇ ਜਿੰਨੀਆਂ ਕੋ ਉਹਦੀਆਂ ਨਿਸ਼ਾਨੀਆਂ ਬਰੀਕੀ ਚ ਨੇ ਨਾ, ਉਨੀਆਂ ਕੋਈ ਦੀਆਂ ਚੀਜ਼ਾਂ ਮੋਟੀ ਚ ਨੇ, ਠੀਕ ਹੋ ਗਿਆ। ਉਹ ਰੱਖ ਲੈਣਾ ਜਾਂ ਅੱਛਾ ਦਾਵਾ ਕਰ ਲੈਣਾ ਕਿ ਇੰਜ ਨਹੀਂ, ਇਹਦੇ ਚ ਇਹ ਚੀਜ਼ ਲਾਜ਼ਮ ਹੈ, ਇਸ ਤੋਂ ਇਲਾਵਾ ਕੁਝ ਹੋਰ ਹੋ ਨਹੀਂ ਸਕਦੀ। ਮੇਰੀ ਰਾਏ ਨਾਲ ਕਈਆਂ ਨੂੰ ਇਤਫਾਕ ਵੀ ਕਰਨ ਦੇ, ਤੇ ਕਈ ਮੇਰੀ ਰਾਏ ਤੋਂ ਆਖਣ ਦੇ ਨਹੀਂ ਕਿ ਇਹਦੇ ਚ ਨਿਸ਼ਾਨੀਆਂ ਕੁਝ ਹੋਰ ਵੀ ਨੇ। ਜੀ, ਨਹੀਂ ਇਹ ਲਾਜ਼ਮੀ ਨਹੀਂ, ਕਿਉਂਕਿ ਇੱਕ ਇੱਕ ਅਸੀਂ ਤੇ ਗੱਲ ਕਰ ਰਹੇ ਹਾਂ ਐਵਰੇਜ ਦੀ, ਅਸੀਂ ਤੇ ਪਹਿਲਾਂ ਅਰਜ਼ ਕੀਤੀ ਹੈ ਕਿ ਇਸ ਦੀ ਇਲਾਵਾ ਵੀ ਜਿਹੜੇ ਸਾਡੇ ਬਜ਼ੁਰਗ ਨੇ, ਮਾਹਰੀਨ ਨੇ ਜਿਹੜੇ, ਉਹ ਬਰੀਕੀ ਦੀਆਂ ਨਿਸ਼ਾਨੀਆਂ ਵੀ ਤੱਕਦੇ ਨੇ, ਜੀ ਬਿਲਕੁਲ ਤੱਕਦੇ ਨੇ, ਲੇਕਿਨ ਅਸੀਂ ਤੇ ਆਮ ਜਿਹੜੇ ਨਵੇਂ ਭਰਾ ਨੇ ਜਿਨ੍ਹਾਂ ਨੇ ਹੁਣ ਸ਼ੁਰੂ ਕਰਨਾ ਹੈ ਜਾਂ ਮੱਝ ਲੈਣ ਜਾਣਾ, ਉਹਨਾਂ ਨੂੰ ਇੱਕ ਗਾਈਡਲਾਈਨ ਦੇ ਰਿਹਾ ਹੈ ਕਿ ਇਹ ਨਿਸ਼ਾਨੀਆਂ ਤੁਸੀਂ ਮੱਦੇਨਜ਼ਰ ਰੱਖਣੀਆਂ ਨੇ। ਜੀ ਇਹ ਨਿਸ਼ਾਨੀਆਂ ਰੱਖਣੀਆਂ ਨੇ, ਕਿਸੇ ਨੇ ਨੀਲੀ ਚ ਜਾਂਦੇ ਨੇ ਦੋਸਤ, ਜਾਂ ਕਈ ਦੋਸਤ ਅਕਸਰੀਅਤ ਸਵਾਲ ਕਰਦੇ ਨੇ ਕਿ ਮੱਝ ਸਿਰਫ ਨੀਲੀ ਰਾਵੀ ਚੰਗੀ ਹੈ, ਜੀ ਜਾਂ ਜੀ ਮੱਝ ਨੀਲੀ ਚੰਗੀ ਹੈ, ਜਾਂ ਮੱਝ ਰਾਵੀ ਚੰਗੀ, ਉਹ ਦੋਸਤਾਂ ਦੀ ਰਾਏ ਜਿਹੜੀ ਹੈ ਨਾ, ਜਾਂ ਜਿਹੜਾ ਉਹ ਫੈਸਲਾ ਕਰ ਬੈਠੇ ਨੇ ਉਹਦੇ ਚ ਭਾ ਜੀ, ਉਹਨਾਂ ਨੂੰ ਜੋ ਕਿਸੇ ਨੇ ਪੜਾਇਆ ਜਾਂ ਜੋ ਕਿਸੇ ਨੇ ਸਮਝਾਇਆ ਸਿਰਫ ਉਸ ਗੱਲ ਪਿੱਛੇ ਨੇ। ਮੱਝ ਦਾ ਕੰਮ ਹੈ ਦੁੱਧ ਮਤਲਬ ਦੇਣਾ, ਮੱਝ ਦਾ ਕੰਮ ਹੈ ਦੁੱਧ ਜੀ ਦੇਣਾ, ਬੰਦੇ ਦਾ ਕੰਮ ਹੈ ਦੁੱਧ ਲੈਣਾ, ਮੱਝ ਹਾਂ ਜੀ, ਐ ਇਹ ਨਹੀਂ ਬਾਤ ਕਿ ਜੂ ਚ ਜਾ ਕੇ ਲੱਭਣਾ ਤੇ ਤੁਹਾਨੂੰ ਮੱਝ ਲੱਭਣੀ ਹੈ, ਵਰਨਾ ਤੁਹਾਨੂੰ ਮੱਝ ਨਹੀਂ ਲੱਭਣੀ, ਆ ਗਲਤ ਗੱਲ। ਮੱਝ ਤੁਸੀਂ ਲੈਣੀ ਬਿਲਕੁਲ ਹੈ ਸਹੀ ਤੁਹਾਨੂੰ ਬੋਲ, ਗੁਜਰਾਤ ਚ ਵੀ ਲੱਭ ਜੇਦੀ, ਤੁਹਾਨੂੰ ਸਿਆਲਕੋਟ ਚ ਵੀ ਲੱਭ ਜੇਦੀ, ਤੁਹਾਨੂੰ ਲਾਹੌਰ ਚ ਵੀ ਲੱਭ ਜਾਣੀ ਹੈ, ਤੁਹਾਨੂੰ ਜੀ ਗੁਜਰਾਲੇ ਚ ਜੀ ਵੀ ਲੱਭ ਜਾਣੀ ਹੈ। ਮੱਝ ਲੈਣੀ ਉਹਦੇ ਵਾਸਤੇ ਲਾਕਾ ਨਹੀਂ ਕਿ ਲਾਜ਼ਮ ਲਾਕਾ ਹੋਵੇ ਤੇ ਉੱਥੇ ਜਾ ਕੇ ਮੱਝ ਲੱਭਣੀ ਹੈ, ਵਰਨਾ ਮੱਝ ਨਹੀਂ ਲੱਭਦੀ। ਪਹਿਚਾਣ ਹੋਣੀ ਚਾਹੀਦੀ ਹੈ, ਪਹਿਚਾਣ ਜੀ ਮੈਂ ਕਹਿ ਰਿਹਾ ਹੋਣੀ ਪਹਿਚਾਣ, ਚਾਹੀਦੀ ਹੈ। ਬਿਲਕੁਲ ਬਿਲਕੁਲ ਇਹੀ ਗੱਲ ਹੈ। ਕਈ ਮੇਰੇ ਔਰ ਦੋਸਤ ਨੇ, ਮੈਂ ਦੂਸਰਾ ਇੱਥੇ ਬਾਹਰ ਬੈਠਾ, ਕਈ ਆਂਦੇ ਨੇ ਕਿ ਬਾਹਰ ਬਹਿ ਕੇ
ਜਨਾਬ ਜਾਂ ਫੇਸਬੁੱਕ ਦੇ ਸ਼ੌਕੀਨ ਨੇ ਤੇ ਜਾਂ ਫੇਸਬੁੱਕ ਦੀਆਂ ਗੱਲਾਂ ਕਰਦੇ ਨੇ ਤੇ ਇੱਥੇ ਆ ਤੇ ਸਾਰੀ ਗੱਲ ਆ ਜ਼ਿਮੀਂਦਾਰ ਜੱਟਾਂ ਦੇ ਪੁੱਤਰ ਸ਼ੁਰੂ ਤੋਂ ਪੜਦਾਦਿਆਂ ਦਾਦਿਆਂ ਤੋਂ ਕੰਮ ਹੈ ਵੇ ਮੇਰੀ ਜਿਹੜੀ ਹੈ ਨਾ ਜੀ ਅਕਸਰੀਅਤ ਪਰਚੇਜ਼ ਬਹੁਤ ਘੱਟ ਹੈ ਮੈਂ ਆਪਣੀ ਗੱਲ ਕਰਨਾ ਬਹੁਤ ਹੀ ਜ਼ਿਆਦਾ ਘੱਟ ਹੈ ਕਿ ਬਹੁਤ ਘੱਟ ਜਾਨਵਰ ਬਾਹਰੋਂ ਲਈਦੇ ਨੇ ਅਕਸਰੀਅਤ ਘਰੋਂ ਹੀ ਪੇ ਨਾਲੋਂ ਨਾਲ ਰਲਦੇ ਰਹਿੰਦੇ ਨੇ ਤੇ ਮੈਂ ਉਹਨੂੰ ਕੂੜ ਮਾਰਾਂ ਜਾਂ ਮੇਰੀ 25 ਸੇਰੀ ਹੈ ਜਾਂ ਮੇਰੀ 20 ਸੇਰ ਦਿੰਦੀ ਹੈ ਮੇਰੀ 18 ਸੇਰ ਦਿੰਦੀ ਉਹ ਸਭ ਕੁਝ ਗਲਤ ਗੱਲ ਹੈ ਮੱਝ ਦਾ ਅਸਲ ਦੁੱਧ ਜੀ ਜਿਹੜਾ ਉਹ ਗਵਾਲ ਦੇ ਵਿੱਚ 10 12 ਸੇਰ ਹੀ ਭਾਜੀ ਜਿਹੜਾ ਦੁੱਧ ਜਾ ਛੱਡਦਾ ਜਾ ਬਿਲਕੁਲ ਇਹ ਹੀ ਹੈ। ਤੇ ਜੇ ਕਿਸੇ ਨੇ ਵੱਲ ਸਾਂਭਣੀ ਹੈ ਤੇ ਗਵਾਲ ਤਗੜਾ ਕਰਨਾ ਤੇ ਉਹ ਕਰ ਸਕਦੇ ਨੇ ਤੇ ਲਾਹੌਰ ਵਾਲੇ ਕਰ ਸਕਦੇ ਨੇ ਜਿਹੜੇ ਸ਼ਹਿਰ 'ਚ ਨੇ ਤੇ ਜਾਂ ਪਿੰਡੀ ਜੀ ਵਾਲੇ ਜੀ ਕਰ ਸਕਦੇ ਨੇ ਅੱਗੇ ਉੱਥੇ ਦੂਜਾ ਬੋਸਟਨ ਸ਼ੋਸ ਕਰਨਾ ਉਹਨਾਂ ਕੰਮ ਕੁੱਟਿਆ ਸੀ ਉਹ ਖਤਮ ਹੋ ਗਿਆ ਤੇ ਲਾਹੌਰ 'ਚ ਜਿਹੜਾ ਜੀ ਕੰਮ ਜੀ ਓਰਿਜਨਲ ਜਿਹੜਾ ਹੋਇਆ ਵੇ ਬੰਦੇ ਲੈਂਦੇ ਨੇ ਪਰ ਦੁੱਧ ਲੇਕਿਨ ਉਹ ਵੀ ਉਹਨਾਂ ਦੀਆਂ ਵੀ ਡੇਰੀਆਂ ਸਾਰੀਆਂ ਫੁਰ ਕੇ ਵੇਖ ਲਓ ਉਹ ਕਰਕੇ ਵੇਖ ਲਓ ਜੇ 200 ਮੱਝ ਵੀ ਵੱਜੀ ਹੈ ਨਾ ਕੋਈ ਮੱਝ ਨਾਦਰ ਸ਼ਾਦਰ ਇੱਕ ਨਿਕਲ ਆਵੇ ਜੇ 18 ਸੇਰੀ ਨਿਕਲ ਆਏ 20 ਸੇਰੀ ਨਹੀਂ ਤਾਂ ਨਹੀਂ ਕਿ ਹਰ ਮੱਝ 18 ਸੇਰ ਜਾਂ 20 ਸੇਰ ਬਣਦੀ ਹੈ ਬੜਾ ਔਖਾ ਜਿਹਾ ਕੰਮ ਹੈ ਇਹਦੇ ਵਿੱਚ ਨਾਲੇ ਇੱਕ ਹੋਰ ਚੀਜ਼ ਹੈ ਨਾ ਕਿ ਮਸਲਨ ਮੈਂ ਮੱਝ ਰੱਖੀ ਹੈ, ਜੇ 18 ਸਿਰ ਦਿੰਦੀ ਵੀ ਹੈ ਤੇ ਇਹ ਉਹਦਾ ਅਰੂਜ ਹੈ ਕੁਛ ਦਿਹਾੜੇ, ਇਹ ਜੀ ਉਹਦਾ ਬਿਲਕੁਲ ਅਰੂਜ ਸਾਰੇ 325 ਦਿਨ ਹੀ, ਉਹ 18 ਲੀਟਰ ਨਹੀਂ ਦੇ ਰਹੀ, 325 ਦਿਨ ਦੀ ਐਵਰੇਜ ਕੱਢੀ ਹੈ ਨਾ ਜਨਾਬ, ਤੇ ਉਹ ਦੁੱਧ ਤੇ ਤੱਕਣਾ ਤੁਸੀਂ ਐਵਰੇਜ ਦਾ, ਜਿਹਨੇ ਮੱਝਾਂ ਰੱਖੀਆਂ ਨੇ ਕਿ ਇਹ ਪੂਰੇ ਇੱਕ ਲੈਕਟੇਸ਼ਨ ਪੀਰੀਅਡ ਦੇ ਵਿੱਚ ਕਿਤਨਾ ਦੁੱਧ ਦੇ ਗਈ, ਜੀ ਤੋ ਜੇ ਹਫਤਾ ਬਿਲਕੁਲ ਐਵੇਂ ਦੇ ਗਈ ਕਰਦੇ 18 ਸਿਰ, 18 ਸਿਰ ਹਫਤਾ ਦੇ ਗਈ ਹੈ, ਤੇ ਬਾਕੀ ਮਤਲਬ ਹੈ ਕਿ 318 ਦਿਨ ਜਿਹੜਾ ਉਹ 7 ਲੀਟਰ ਦਿੰਦੀ ਹੈ ਵੀ, ਤੇ 18 ਲੀਟਰ ਉੱਤੇ ਨਾ ਹੋਈ ਫਿਰ। ਜੀ ਸਰ ਉਹ 18 ਸਿਰ ਹਫਤਾ ਵੀ ਨਹੀਂ ਦਿੰਦੀ ਉਹ ਗਲਤ ਗੱਲਾਂ ਨੇ ਕਿ 18 ਸਿਰ ਲੈਣਾ ਹੋਵੇ ਨਾ ਤਾਂ ਮੱਝ ਦੀ ਪੂਛਲ ਫਿਰ ਫੜ ਕੇ ਨਾਲ ਹੀ ਰਹਿਣ ਜਾਣਾ ਪੈਂਦਾ ਭਾਜੀ ਆ ਦੇਖੋ ਨਾ ਜਿੰਨਾ ਕੋਈ ਚੰਦ ਚੀਜ਼ਾਂ ਐਸੀਆਂ ਨੇ ਜਿਹੜੀਆਂ ਬੰਦੇ ਦੀ ਬਾਲਟੀ 'ਚ ਹੁੰਦੀਆਂ ਨੇ ਤੇ ਇੱਕ ਹੱਥ 'ਚ ਬਾਲਟੀ ਹੁੰਦੀ ਹੈ ਤੇ ਇੱਕ ਹੱਥ ਮੱਝ ਦੇ ਮੂੰਹ 'ਚ ਹੁੰਦਾ ਇੰਜ ਗੱਲ ਹੈ, ਜਿਹੜੇ ਫਿਰ ਮੈਂ ਤੇ ਛਾਲਾਂ ਤੁਸੀਂ ਮਾਰਦੇ ਨੇ ਲੇਕਿਨ ਫੇਸਬੁੱਕ ਤੇ ਹਰ ਬੰਦੇ ਦੀ ਜਿਹੜੀ ਏ ਵੀਰ ਦੀ ਭਰਾ ਦੀ ਉਹਨੇ ਆਖਿਆ 18 ਸੇਰ ਹੀ ਏ ਲੇਕਿਨ 18 ਸੇਰ ਸਰ ਬੜਾ ਔਖਾ ਜਿਹਾ ਕੰਮ ਹੈ ਸਾਡੇ ਸਾਹਮਣੇ, ਮੈਂ ਤੇ ਤੁਸੀਂ ਤੇ ਬਾਹਰ ਬੈਠੇ ਆ, ਤੇ ਆਪਣਾ ਲਾਲਾ ਵਿਕਾਸ ਗੁੱਜਰ ਮੱਝਾਂ ਦੇ ਵਿੱਚ ਹੁੰਦਾ, ਮੱਝਾਂ ਨਾਲ ਮੱਝਾਂ ਹੋਣਾ ਪੈਂਦਾ, ਤੇ ਅਕਸਰ ਲੋਕਾਂ ਨੂੰ ਇਹ ਵਹਾਮ ਹੈ ਕਿ ਜ਼ਿਮੀਂਦਾਰਾਂ ਦੇ ਪੁੱਤਰ ਜਿਹੜੇ ਨੇ ਨਾ, ਇਹ ਸਿਰਫ ਬਚਪਨ ਦੀ ਮੱਝ ਦਾ ਪੂਛਲ ਫਾੜ ਲਿਆ, ਇਹਨਾਂ ਨੂੰ ਆਉਂਦਾ ਜਾਂਦਾ ਕੱਖ ਨਹੀਂ, ਉਹ ਇਸਲਾਮਾਬਾਦ ਦੀ ਗ੍ਰੈਜੂਏਟ ਹੈ, ਆਪਣੇ ਏਰੀਆ ਦਾ ਚੇਅਰਮੈਨ ਵੀ ਰਿਹਾ, ਤੇ ਤੁਸੀਂ ਕਿਸੇ ਨੂੰ ਡੇਰੇ ਤੇ ਤੱਕੋ ਤੇ ਇੰਜ ਹੀ ਲੱਗਦਾ ਕਿ ਪਾਠੀ ਹੈ, ਮੱਝਾਂ ਨਾਲ ਇੰਜ ਹੀ ਖਲੋਤੇ ਆਉਂਦਾ ਕਿ ਜਿਕਣ ਉਹ ਹੀ ਮਤਲਬ ਹੈ ਕਿ ਮਜ਼ਾਰਾ ਚੌਧਰੀ ਸਾਹਿਬ ਕਿਹੜੇ ਡੇਰੇ ਤੇ ਬੈਠੇ ਨੇ, ਤੇ ਬਿਲਕੁਲ ਡੰਗਰਾਂ ਦੀ ਖਿਦਮਤ ਕਰਨੀ ਪੈਂਦੀ ਹੈ ਜੀ, ਉਹਨਾਂ ਨਾਲ ਪਿਆਰ ਮੁਹੱਬਤ ਕਰਨਾ ਪੈਂਦਾ, ਯਾਰੀ ਦੋਸਤੀ ਰੱਖਣੀ ਪੈਂਦੀ ਹੈ, ਮੈਂ ਉਹ ਵੀ ਬੰਦੇ ਦੇਖੇ ਨੇ ਕਿ ਮੱਝ ਅੰਜ ਸਿਰ ਚੁੱਕ ਕੇ ਖੁਰਲੀ ਦੀ ਬੰਦੇ ਵੱਲ ਦੇਖਦੀ ਹੈ, ਤੇ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਮੱਝ ਕੀ ਡਿਮਾਂਡ ਕਰ ਰਹੀ ਹੈ, ਪਾਣੀ ਮੰਗ ਰਹੀ ਹੈ ਜਾਂ ਖੁਰਲੀ 'ਚ ਪੱਠੇ ਮੁੱਕ ਗਏ ਨੇ ਜਾਂ ਕੋਈ ਹੋਰ ਮਸਲਾ ਹੈ। ਜੀ ਬਿਲਕੁਲ ਐ ਦੇਖੋ ਨਾ ਫੇਸਬੁੱਕ ਗਰੁੱਪ ਜਾਂ ਵਟਸਐਪ ਗਰੁੱਪ ਬਣੇ ਸਨ ਇੱਕ ਦੂਜੇ ਨੂੰ ਚਲੋ ਕਿ ਕਿਸੇ ਦੀ ਕੋਈ ਹੈਲਪ ਹੋ ਸਕੇ ਜਾਂ ਕਿਸੇ ਨਾਲ ਦੀ ਕੋਈ ਮਸਲਾ ਕੋਈ ਮਸਾਇਲ ਹੈ ਤੇ ਉਹ ਹੱਲ ਹੋ ਸਕੇ ਜਿਆ ਜਿਆ ਕਿਸੇ ਭਰਾ ਵਾਸਤੇ ਤੁਸੀਂ ਆਸਾਨੀ ਜੀ ਪੈਦਾ ਕੀਤੀ ਜਾ ਬਿਲਕੁਲ ਸਕੇ। ਜੀ ਬਿਲਕੁਲ ਐ ਤੁਸੀਂ ਇਹ ਗੱਲ ਕੀਤੀ ਹੈ ਤੇ ਮੇਰੇ ਸਮੇਤ ਤੁਹਾਡੇ ਸਮੇਤ ਦਾ ਜਿੰਨੇ ਦੋਸਤ ਨੇ ਆਪਣੇ ਦੇਖੋ ਕਿ ਕਈ ਇਸ ਚੀਜ਼ ਨੂੰ ਨੋਟ ਕਰਨ ਦੇ ਚਲੋ ਲੈਣ ਜਾਣ ਦੇ ਤੇ ਜਾਨਵਰ ਵੇਖਣ ਦੇ ਲੇਕਿਨ ਬਹੁਤ ਘੱਟ ਬੰਦਾ ਜਿਹੜਾ ਨਾ ਜਾਵੇ ਦਾ ਸਪੈਸ਼ਲ ਨੀਲੀ ਜੋ ਉੱਥੋਂ ਲੈ ਕੇ ਆਵੇ ਦਾ ਜਾਂ ਘਰੇ ਦਾ ਕਿਉਂਕਿ ਉੱਥੇ ਜਿਹੜੀਆਂ ਉਹ ਗੱਲਾਂ ਸੁਣਾਉਂਦੇ ਨੇ ਬੀਨ ਸੁਣਾਉਂਦੇ ਨੇ ਬੀਨ ਬੰਦੇ ਕੋ ਭੁੱਲਦੀ ਨਹੀਂ ਬੰਦਾ ਤਾਂ ਦਿਲ ਕਰਦਾ ਨਹੀਂ ਜੀ ਹੈ ਹੀ ਉਹ ਚੀਜ਼ ਉਸ ਤੋਂ ਇਲਾਵਾ ਦੁਨੀਆ ਤੋਂ ਮੁੱਕੀ ਸਭ ਕੁਝ ਗਏ ਆ ਤੁਸੀਂ ਇਹ ਮੇਲੇ ਤੇ ਵੇਖ ਲਓ ਜਿਹੜੀਆਂ ਮੱਝਾਂ ਦੁੱਧ ਵਿੰਨ ਕਰਦੀਆਂ ਨੇ ਉਹਨਾਂ ਜਾ ਚ ਕੋਈ ਇੱਕ ਵੀ ਅੱਜ ਦਿਨ ਤੱਕ ਨੀਲੀ ਦੀ ਉੱਪਰ ਆਈ ਹੋਵੇ ਬਿਲਕੁਲ ਜਾਂ ਅੱਜ ਦਿਨ ਤੱਕ ਆਖੋ ਕਿ ਝਨਾ ਤੁਹਾਡਾ ਨਹੀਂ ਵੜ ਸਕਿਆ ਵਿੱਚ ਜਾਂ ਆਖੋ ਦੂਸਰਾ ਰਾਵੀ ਨਹੀਂ ਆ ਸਕਿਆ ਜਦੋਂ ਨਸਲ ਰਾਵੀ ਦਾ ਟੱਚ ਹੁੰਦਾ ਹੈ ਨੀਲੀ ਨਾਲ ਕ੍ਰਾਸ ਪੈਂਦੀ ਹੈ ਮੱਝ ਵੱਧਦੀ ਹੈ ਐਵਰੇਜ ਆਉਂਦੀ ਹੈ ਉਹ ਵੀ ਮੱਝਾਂ ਚੋਂ ਗੁਲਜ਼ਾਰਾਂ ਚੋਂ ਇੱਕ ਅੱਧੀ ਹੁੰਦੀ ਹੈ ਜਿਹੜੀ ਇੰਝ ਮੇਲੇ ਤੇ ਵੀ ਜਾਂਦੀ ਹੈ ਤੇ ਖੇਡਦੀ ਹੈ ਤੇ ਕਰਦੀ ਹੈ ਉਹ ਜਿਹੜੀ ਉੱਥੋਂ ਤੱਕ ਜਾਂਦੀ ਹੈ ਚੀਮਾ ਸਾਹਿਬ, ਉਹ ਤੇ ਫਿਰ ਮਾਲਕ ਦੀ ਖਿਦਮਤ ਵੀ ਤੇ ਜਾ ਕੇ ਦੇਖਣਾ ਕਿ ਪੂਰਾ ਜੀ ਸਾਲ ਉਹਦੀ ਮਾਲਕ ਖਿਦਮਤ ਕੀਤੀ ਪੂਰਾ ਉਹ ਜੀ ਖਿਦਮਤ ਕਰਨ ਤੋਂ ਬਾਅਦ ਹੋਰ ਬੜਾ ਕੁਝ ਹੁੰਦਾ ਹੈ ਭਾਜੀ ਜਾ ਖਿਦਮਤ ਉਹ ਤਾਂ ਉਹਨਾਂ ਨੇ ਕਰਨੀ ਹੈ ਫਿਰ ਜਿਹੜਾ ਨਾਲ ਜਨਾਬ ਰਾਤਾਂ ਨੂੰ ਸੌਂਦੇ ਨਹੀਂ ਇੱਕ ਬੰਦਾ ਦੋ ਬੰਦੇ ਮਾਈ ਦੀ ਰਾਖੀ ਬੈਠੇ ਰਹਿੰਦੇ ਨੇ ਬੜਾ ਕੁਝ ਹੁੰਦਾ ਹੈ
अच्छा जी, मेरी सब तो भाई जी अगर साहब दरखास्त बस इन्नी कु है कि किसी मंडी च जाते हो जा किसी व्यापारी के घर जाते हो जा जानवर लैन जाते, कोशिश करो जानवर नु परखन दे, जानवर वो लवो जिदे सिंग भी ना होना। जे ग्वाल का काम करते हो तुसी, शौक भी करते हो, तुसी चाहते हो कि साड़ी आमदन भी बने, मझ का सिंग कौन नहीं, मझ का कन कौन नहीं, मझ की पूछल कौन, लेकिन मझ को इन्नी को जरूरत होनी चाहिए कि मझ का थान झड़ा कुछ ना कुछ हो, मझ अपना आप वहावे, कोई घर आन के लप दुध दी भी दे। हाँ जी, खाली नफीस हड्डिया मगर भजना गल करनी अक्सरियत है व्हाट्सएप ग्रुप च होंगी रही है, जब बंदे परसनल पूछते रहते हैं नीली लैनी है तो नीली की कर दी, जहाँ रावी लैनी है रावी। जी जी मैं किसी नस्ल के खिलाफ नहीं, जानवर ने नीली ना भी उन्ना प्यार है, चना ना भी उन्ना है, रावी ना भी उन्ना है, मझ ना प्यार ही है बस, और कोई चीज नहीं, मुखालफत नहीं कही दी। लेकिन नहीं ए वे जानवर लैन लगे ऐ वेखो कि जानवर ना अगर तुसी काम करना है तुसी शौक वाली रखनी है, एक अद्धी रखो दो रख लो, अगर 20 बिल्कुल जानवर ने होता भी नहीं शौक है। वाले रखने ने दो रख लो, हूँ चेचा को बंदा आंदा है जा तुहाडे कोल, मैं जा आ जाना भाई जान, मैं कहना कि सर तुहाडियां मैं मझां वेखना चाहना, मैं मझ वेना, तुसी सारियां उत्थे मूर्तां बनियां ने सोहणियां सोहणियां, मैं ना चुवाई करिए भाजी तू भाओ, चुवाई तो ही करांदे हो, चुवाई चाहुंदा ही कुछ नहीं तो बनन दा की फायदा। ते जे किसी बिल्कुल दी वो भैड़ी मझ दी गल हो जानी है ना यार, लुंडी जी मझ सी ओदी शक्ल कुछ जी सी, उन्ने माजे बाल्टा भर के दुध दिता, तो बड़ी गल हो जाती है। बाल्टा वो जेड़ा फेसबुक वाला नहीं, फेसबुक तो हट के बाल्टा भाजी, मैं ओदी गल कर रहा जी, फेसबुक वाले बाल्टे दी गल कर रहा। जा। दूसरा मतलब यह है कि सिर्फ नस्ल को दुध नहीं लैन होंदा, नस्ल दे नाल नाल तुसी दुध आप लेना है। नस्ल ने तुहानू आपू बिल्कुल नहीं आके दुध दे देना कि मैं नीली बिल्कुल दी हां ते बिल्कुल, मैं तुहानू 15 लीटर दे देनी है, नहीं, ओदी दुध खातर तो लैण आदे भी वास्ते, उंजी करनी पैणी है। दुध लैण वास्ते अच्छा, बिल्कुल नीली जनाब नीली बिल्कुल कवर हो मेहनत करनी गई, पैनी। रावी हो गई, रावी हो गई, कुंडी रह गई रावी जी। सूबिया च जाके जरा ना पेट लमका जाती है, मझ वडेरी हो जाती है, क्योंकि मझ हुंदी अच्छा हैवी वेट दी, हैवी वेट दी हुंदी जी है, जी सूबिया जाके फिर अपना आप जेड़ा लमकांदी है भरा कर जाती। कुंडी नु कवर करके ना, तो मेरा उम्र दे बारे च एक सवाल है, उधर थोड़ी जी रोशनी पायो। कुंडी हो गई जी, अबाई इलाका कारलो लाड़कों का नवाब शाह सखर, लेकिन दूजियां दी तरह भी सारे पाकिस्तान चो लभ जांदी है। लेकिन कुंडी अक्सरियत साढ़े पंजाब च बहुत घट है, साढ़े पंजाब के बंदे कुंडी नूं ज्यादा चंगा क्यों नहीं समझते, वजूहत की है, जी लेकिन जी कुंडी का भी रेट गिनी है तो नीली दे सेम ही ने, नीली तो उत्ते जाते हैं तो रेट तो आई ठीक है, है, तो वह भी जी हाँ जी, लेकिन कुंडी नू साढ़े पंजाब से ज्यादा बंदे तरजीह घट ही देते हैं कि उतू लिया नीली भी लिया, मझा नू कभी पानी लाक हो जाता है, पानी चेंज होंगे सेम वो मसला बनता, लेकिन कुंडी की मझ भी दुध देना जानती है, अच्छी नस्ल ओदे च भी जनाब खूबसूरती बेशुमार, बूथी ओदी लम्मी हुंदी है, ठीक नीली दे मुंह ते भी शेबा नाड़ां दी आउंदियां ने ते कुंडी दे मुंह ते भी ज्यादा आउंदियां ने, सिंग बड़े है ठीक नफीस ते बिल्कुल इंज सिर दे तालू दे उत्ते हुंदे ने, है। वेल आवर हुंदियां ने, लम्मियां हुंदियां ने, कोली धुनी ना थल्ले भी अक्सरियत बहुत घट ही हुंदी है, ठीक हो गया। गर्दन लम्मी हुंदी है, पुठे दी हड्डियां इन्हां दियां गोल ही हुंदियां ने, नीली हार चुंझे वाली जां नहीं, लेकिन ऐ वेख ऐ सूबियां च सू के भी ना घोड़ियां आ रही, इन्हां दा जिस्म कसे ही रहिंदा है, जी, कुंडी घोड़ियां आ दा रही इन्हां दा जिस्म, लैक्टेशन जी जी कुंडी मलिक साहब, कुंडी दा दा लैक्टेशन जी 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 करो गल। मैं मलिक साहब नूं इह कहण लगा सी कि कुंडी दा एवरेज लैक्टेशन पीरियड जेड़ा है नीली नालों घट ही हुंदा है। जे कुंडी दा को नीली दा रवि दा क्लास पै जे ते रिजल्ट बड़ा चंगा दे जांदियां, क्योंकि जी, साडे मैं एवें गल करदे आं कि उन्हां दा पीरियड इन्ना है जो इन्ना है, क्योंकि मैं हाले तक कुंडी प्योर अपने घर नहीं वेखी ठीक हो गया। कुंडी जां कुंडी ते उन्नी सर्च नहीं कीती, दा मतलब एक कराची वाले कुंडी वाले नूं मनदे ने, जड़ी हस के मनदे ने, उत्थे दुध भी देना जानदी। जी जी
ਜਿਹੜਾ ਨਾ ਆਪਣੀ ਸਾਡੀ ਜੋ ਕੁ ਅਸੀਂ ਵਟਕਿਆਂ ਕੋਲ ਸੁਣਿਆ ਕਿ ਜਿਹੜੀ ਐਵਰੇਜ ਦੁੱਧ ਕਲੈਕਟੇਸ਼ਨ ਪੀਰੀਅਡ 'ਚ ਆਉਂਦੀ ਹੈ ਉਹ ਐਵਰੇਜ ਮੱਝਾਂ ਦੀ ਜਿਹੜੀ ਹੈ 322 ਦਿਹਾੜਿਆਂ 'ਚ 2420 ਲੀਟਰ ਦੇ ਨਜ਼ਦੀਕ ਹੁੰਦੀ ਹੈ। ਇਹਨਾਂ 'ਚ ਫਿਰ ਬਲੱਡ ਲਾਈਨਾਂ ਕੋਈ ਇੰਝ ਦੀਆਂ ਵੀ ਹੁੰਦੀਆਂ ਨੇ ਜਿਹੜੀਆਂ 3000 ਤੇ 5000 ਤੱਕ ਵੀ ਜਾ ਸਕਦੀਆਂ ਨੇ, ਲੇਕਿਨ ਜੀ ਜੀ ਐਵਰੇਜ ਇਹੀ ਬਿਲਕੁਲ ਹੈ ਕਿ 2500 ਲੀਟਰ ਜਿਹੜਾ ਨਾ ਉਹ ਆਪਣੀ ਲੈਕਟੇਸ਼ਨ ਪੀਰੀਅਡ 'ਚ ਦਿੰਦੀਆਂ ਨੇ। ਇਹਦੇ ਵਿੱਚ ਜਿਹੜੀ ਕੁੰਡੀ ਦੀ ਲੈਕਟੇਸ਼ਨ ਪੀਰੀਅਡ ਹੈ ਉਹ ਕਹਿੰਦੇ ਨੇ ਕਿ ਕੋਈ 2000 2 200 ਲੀਟਰ ਦਿੰਦੀ ਹੈ ਐਵਰੇਜ ਜਿਹੜੀ ਹੈ। ਅੱਗੋਂ ਜਿਤਨੀ ਤੁਸੀਂ ਖਿਦਮਤ ਕਰਨੀ ਹੈ ਬਲੱਡ ਲਾਈਨ ਤੇ ਵੀ ਡਿਪੈਂਡ ਕਰਦਾ, ਉਹ ਜ਼ਿਆਦਾ ਵੀ ਦੇ ਸਕਦੀ ਹੈ। ਜੀ ਵਾਲੇਕੁਮ ਅਸਲਾਮ ਭਾਈ ਜਾਨ। ਜੀ ਮਲਕ ਸਾਹਿਬ ਪੁੱਛ ਰਹੇ ਨੇ ਕਿ ਜੇ ਔਸਤ ਕੱਢੀਏ ਕੁੰਡੀ ਦੇ ਦੁੱਧ ਦੀ ਤੇ ਡੇਲੀ ਦੀ ਔਸਤ ਕਿਤਨੀ ਬਣਦੀ ਹੈ? ਮਲਕ ਸਾਹਿਬ ਜੇ ਤੁਸੀਂ ਇਹਦੀ ਔਸਤ ਕੱਢਣੀ ਹੈ ਇਹ 2000 215 ਲੀਟਰ ਨੂੰ ਤੁਸੀਂ ਇਹਦੇ 320 ਦਿਨ ਜਾਂ 315 ਦਿਨ ਜਿਹੜੇ ਹੁੰਦੇ ਨੇ ਤਕਸੀਮ ਕਰ ਲਓ, ਤੁਹਾਨੂੰ ਔਸਤ ਨਿਕਲ ਆਏਗੀ ਕਿਉਂਕਿ ਦੁੱਧ ਉੱਤੇ ਥੱਲੇ ਹੁੰਦਾ ਰਹਿੰਦਾ। ਇਹਦੇ ਤੇ ਜਦੋਂ ਵੀ ਤੁਸੀਂ ਚਾਰਾ ਤਬਦੀਲ ਕਰਦੇ ਹੋ ਤਾਂ ਵੀ ਦੁੱਧ ਉੱਤੇ ਜੇ ਹੁੰਦਾ ਰਹਿੰਦਾ। ਔਸਤ ਦੀ ਗੱਲ ਕਰਦੀ ਹੈ ਨਾ ਭਾਈ ਜਾਨ, ਮੈਂ ਇੱਥੇ ਇੱਕ ਨਿੱਕੀ ਜਿਹੀ ਹੋਰ ਗੱਲ ਕਰਦੇ ਹਾਂ। ਪਾਕਿਸਤਾਨ 'ਚ ਜੀ ਜੀ ਬਹੁਤ ਹੀ ਘੱਟ ਡੇਅਰੀਆਂ ਜਾਂ ਫਾਰਮ ਐਸੇ ਨੇ ਜਿਹੜੀ ਡੇਲੀ ਦੀ ਆਪਣੀ ਔਸਤ ਕੱਢਦੇ ਨੇ। ਅਕਸਰੀਅਤ ਅੱਜ ਤੋਂ ਜੀ ਦੋ ਜੀ ਤਿੰਨ ਸਾਲ ਪਹਿਲਾਂ ਔਸਤ ਦਾ ਵੀ ਅਕਸਰੀਅਤ ਬਹੁਤ ਘੱਟ ਪਤਾ ਸੀ। ਜਦੋਂ ਦਾ ਫੇਸਬੁੱਕ ਵਟਸਐਪ ਆਇਆ ਤੇ ਜਾਂ ਨੈਟ ਤੋਂ ਇਹ ਤਸਵੀਰਾਂ ਵੇਖਦੇ ਹਾਂ ਬੁੱਲਾਂ ਦੀਆਂ ਜਾਂ ਸੀਮਨਾਂ ਦੀਆਂ ਤੇ ਜੇ ਬਹੁਤ ਅਗਾਂਹ ਪਿਆ ਤੇ ਫਿਰ ਔਸਤ ਵਾਲੇ ਪਾਸੇ ਬੰਦੇ ਟੁਰ ਪਏ ਨੇ। ਲੇਕਿਨ ਸਾਡੇ ਡੇਅਰੀਆਂ ਤੇ ਜਾਂ ਅੱਗੇ ਪਿੱਛੇ ਡੇਲੀ ਦੀ ਜਿਹੜੀ ਔਸਤ ਹੈ ਨਾ ਫੀ ਮੱਝ ਦੀ ਜਾਂ ਫੀ ਗਾਂ ਦੀ, ਜੀ ਬਹੁਤ ਜੀ ਘੱਟ ਬੰਦੇ ਕੱਢਦੇ ਨੇ। ਗਾਵਾਂ ਦੇ ਉਹ ਕੱਢਦੇ ਨੇ ਜਿਨ੍ਹਾਂ ਨੇ ਗਾਵਾਂ ਦੂਜੀਆਂ ਰੱਖੀਆਂ ਨੇ ਭਾਈ ਜਾਨ, ਜੀ ਜੀ ਵਲੈਤੀ ਸ਼ਲੈਤੀ ਦੇ ਫਾਰਮ ਦੂਜੇ ਨੇ। ਲੇਕਿਨ ਡੇਰੀ ਵਾਲੇ ਮਾਮਲੇ ਚ ਆਣ ਕੇ ਗਵਾਲ ਚ ਕੋਈ ਬੰਦਾ ਆ ਉਸ ਵਾਲੇ ਪਾਸੇ ਉਹਨਾਂ ਨਹੀਂ ਰੈਗੂਲਰ ਆਉਂਦਾ। ਆਮ ਜ਼ਿਮੀਦਾਰ ਜਿਹੜੇ ਨੇ ਉਹ ਮਤਲਬ ਇੱਕ ਉਸ ਵਾਲੇ ਪਾਸੇ ਉਂਝ ਹੀ ਨਹੀਂ ਹੁੰਦੇ ਹਨ ਉਹ ਆਪਣਾ ਉਹਨਾਂ ਦੀ 5 ਕਿਲੋ ਦੀ ਬਾਲਟੀ ਭਰ ਜੇ ਨਾ ਤੇ ਉਹ ਆਂਦੇ ਨੇ ਜੀ 10 ਕਿਲੋ ਦੀ ਬਾਲਟੀ ਭਰੀ ਬੜੀ ਗਈ ਹੈ, 10 ਕਿਲੋ ਬਾਲਟੀ ਮੱਝ ਨੇ ਦਿੱਤੀ ਹੈ ਜੀ ਦੁੱਧ ਦੀ। ਦੁੱਧ ਭਾਵੇਂ ਵਿੱਚ ਅੱਛਾ ਪੰਜ ਜੀ ਸੇੜੀ ਹੋਵੇ। ਮੱਝਾਂ ਦੀਆਂ 3 ਨਸਲਾਂ ਹੋ ਗਈਆਂ, ਕਵਰ ਨੀਲੀ ਵੀ ਹੋ ਗਈ, ਰਾਵੀ ਵੀ ਹੋ ਗਈ, ਕੁੰਡੀ ਵੀ ਹੋ ਗਈ। ਇਹ ਜਿਹੜਾ ਵਹਾਮ ਹੈ ਕਿ ਨੀਲੀ ਰਾਵੀ ਨਸਲ ਹੈ, ਇਹ ਨੀਲੀ ਰਾਵੀ ਕੋਈ ਨਸਲ ਨਹੀਂ ਹੈ, ਇਹ ਦੋ ਨਸਲਾਂ ਦੀ ਮਖਲੂਤ ਨਸਲ ਹੈ ਨੀਲੀ ਔਰ ਰਾਵੀ ਮਿਲਾਪ ਕਰਾ ਦਾ। ਕੇ ਤੇ ਨੀਲੀ ਰਾਵੀ ਬਣਾਇਆ ਗਿਆ ਨਾ। ਸਾਡੇ ਜੀ ਰਜਿਸਟਰ ਜਿਹੜੀ ਅਕਸਰੀਅਤ ਜਿਹੜੀ ਉਹ ਨੀਲੀ ਰਾਵੀ ਇਕੱਠੀ ਰਜਿਸਟਰ ਹੈ ਨਾ। ਜਿਆ ਜਿਆ ਜੇ ਜਿਹੜੀ ਸਾਡੇ ਉਸਤਾਦ ਜਾਂ ਸਾਡੇ ਭਾਈ ਆ ਜਾਂਦੇ ਨੇ ਕਿ ਲੈਣਾ ਹੋਇਆ ਤਾਂ ਜੂ ਨੇ, ਜੇ ਅੱਗੋਂ ਪਿੱਛੋਂ ਵੀ ਜਾਨਵਰ ਚੰਗਾ ਲੱਭ ਜਾਂਦਾ ਕਿ ਮਾੜੇ ਘਰੋਂ ਵੀ ਚੰਗਾ ਲੱਭ ਜਾਂਦਾ ਹੈ ਨੀ। ਇੱਕ ਵੱਡਾ ਘਰ ਹੀ ਹੋਣਾ ਤਾਂ ਉੱਥੇ ਜਾਨਵਰ ਚੰਗਾ ਲੱਭਦਾ, ਕੋਈ ਛੋਟਾ ਘਰ ਵੀ ਹੈ ਠੀਕ ਹੈ। ਮਾੜਾ ਘਰ ਹੈ ਉਹਦੇ ਵੱਲ ਫੇੜਾ ਮਾਰ ਕੇ ਵੇਖੋ, ਉੱਥੇ ਵੀ ਜਾਨਵਰ ਤੁਹਾਨੂੰ ਚੰਗਾ ਲੱਭ ਜਾਏਗਾ। ਅੱਛਾ 3 ਨਸਲਾਂ ਕਵਰ ਹੋ ਗਈਆਂ। ਹੁਣ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਮੈਂਬਰਾਨ ਨਾਲ ਕੁਐਸਚਨ ਪੀਰੀਅਡ ਸ਼ੁਰੂ ਤੁਸੀਂ ਇੱਕ ਕਰੀਏ, ਉਮਰ ਮੇਰਾ ਦੀ ਇੱਕ ਗੱਲ ਕੁਐਸਚਨ ਕਰ ਰਹੇ ਹੈ ਹੋ ਕਿ ਕਿ ਉਮਰ ਦੀ ਕੀ ਉਮਰ ਦਾ ਮੈਂ ਇਹ ਕਹਿ ਰਿਹਾ ਸੀ ਕਿ ਬਾਜ਼ ਔਕਾਤ ਇੰਜ ਹੁੰਦਾ ਹੈ ਕਿ ਵਪਾਰੀ ਲੋਕ ਜਿਹੜੇ ਨੇ ਨਾ ਡੱਕਾ ਸ਼ੱਕਾ ਲਾ ਕੇ ਲੈ ਜਾਂਦੇ ਨੇ ਮੰਡੀ 'ਚ, ਕੱਟਾ ਕਿਸੇ ਹੋਰ ਦਾ ਲਾ ਲਿਆ, ਕੱਟੀ ਕਿਸੇ ਹੋਰ ਦੀ ਲਾ ਲਈ, ਔਰ ਜਿਹੜੇ ਭਰਾ ਜਾਂਦੇ ਨੇ ਉਹ ਤੱਕਦੇ ਨੇ ਵੱਡੀ ਬਾਲਟੀ ਦੁੱਧ ਦੀ ਭਰੀ ਤੇ ਉੱਥੇ ਜਿਹੜਾ ਨਾ ਉਹ ਡੁੱਲ ਜਾਂਦੇ ਨੇ ਕਿ ਇਹ ਹੀ ਹੈ। ਜਿਹੜੇ ਦੰਦ ਨੇ ਮੱਝਾਂ ਦੇ, ਦੰਦਾਂ ਜੀ ਦਾ ਮੇਰੇ ਆਪਣੇ ਜ਼ਾਤੀ ਖਿਆਲ ਨਾਲ ਹੋ ਸਕਦਾ ਡਿਸਐਗਰੀ ਵੀ ਹੋਵੇ ਐਗਰੀ ਵੀ ਹੋਵੇ, ਇਹਨਾਂ ਦਾ ਬੜਾ ਅਮਲ ਦਖਲ ਹੁੰਦਾ ਹੈ। ਤੇ ਦੰਦਾਂ ਦੇ ਬਾਰੇ ਥੋੜੀ ਜਿਹੀ ਰੋਸ਼ਨੀ ਪਾ ਦਿਓ। ਦੋਂਦੀ ਚੋਗੀ ਆ ਜਿਹਦੇ ਦੰਦ ਹਿੱਲਦੇ ਜੀ ਹੋਣ, ਇੱਕ ਬੰਦਾ ਮਾਝ ਜੀ ਤੁਹਾਡੇ ਕੋਲ ਲੈ ਦੰਦ ਆਇਆ, ਉਹਦਾ ਇਹ ਕਹਿੰਜ ਜਾ ਰਿਹਾ, ਇਹ ਕਹਿੰਜ ਜਾ ਰਿਹਾ ਦੰਦ, ਔਰ ਅਗਲੇ ਉਹ ਦਿਨ ਕਹਿ ਰਿਹਾ ਵਟਸਐਪ ਕਿ ਚ ਤੀਜੇ ਸੂਬੇ। ਤੀਜੇ ਸੂਬੇ ਵਟਸਐਪ ਤੇ ਇੱਕ ਦੋਸਤ ਨੇ ਪਾਈ ਸੀ ਅਗਲੇ ਦਿਨ ਮੱਝ 2 ਜੋੜਾ ਪਾਇਆ ਸੀ ਮੱਝਾਂ ਦਾ, 3.5 ਲੱਖ ਰੁਪਇਆ ਉਹਨਾਂ ਡਿਮਾਂਡ ਕੀਤੀ ਸੀ ਤੇ ਆਂਦਾ ਸੀ ਇੱਕ ਤੀਜੇ ਨੇ ਤੇ ਇੱਕ ਦੂਜੇ ਨੇ। ਮੈਂ ਕਿਹਾ ਤੀਜੇ ਵਾਲੀ ਦੇ ਦੰਦ ਪੱਟ ਕੇ ਵੇਖੋ ਹਾਂ, ਵਾਕਈ ਉਹਦੇ ਜਾ ਹਿਲਦੇ ਜਾ ਆ ਨਾ ਮੈਂ ਮੱਝਾਂ। ਉੱਥੇ ਸੀ। ਅਕਸਰੀਅਤ ਮੱਝਾਂ ਛੇਤੀ ਦੰਦ ਆਪਣੇ ਨਹੀਂ ਹਿਲਾਉਂਦੀਆਂ ਖੁਰਾਕ ਮਜ਼ਬੂਤ ਹੋਣ ਦੇ ਬਾਵਜੂਦ ਦੇ ਮੁਤਲਕ ਜਾਂ ਸਿਲਸਿਲੇ 'ਚ ਮੱਝਾਂ ਦੰਦ ਵੀ ਜਾ ਕੇ ਮਸੂੜਿਆਂ ਨਾਲ ਮਾਸ ਵੀ ਜਾ ਕੇ ਸੂਹਿਆਂ 'ਚ ਪਾ ਜੀ ਪਿਛਾੜਦਾ, ਵਰਨਾ ਟਾਈਮ ਨਾਲ ਨਹੀਂ ਕਿ ਛੱਡ ਦੇਣ ਜਾਂ ਪਿਛਾੜ ਜਾਣ। ਜੀ ਇੱਕ ਜੀ ਤਸਵੀਰ ਮੇਰੇ ਕੋਲ ਐਸੀ ਵੀ ਆ ਵੇ, ਮੈਂ ਬਾਅਦ ਚੋਂ ਇੱਥੇ ਕੋਸ਼ਿਸ਼ ਕਰਾਂਗਾ ਕਮੈਂਟਸ ਦੇ ਥੱਲੇ ਸੈਂਡ ਕਰਨ ਦੀ। ਉਹ ਮੈਂ 24 ਸੂਹੇ ਸੋ ਚੁੱਕੀ ਏ, 24 ਸਾਲ ਦੀ ਜੀ ਨਹੀਂ ਉਹਦੀ ਜੀ ਏਜ, 24 ਸੂਹੇ ਸੋਈ ਏ ਜੀ ਜੀ ਤੇ ਉਹ ਮੱਝ ਦੇਖਣ 'ਚ ਇੰਝ ਲੱਗੇਦਾ ਜੈ ਜਿਵੇਂ 4-5 ਸੂਹੇ 3 ਸੂਹੇ ਸੋਈ ਏ, ਬਹੁਤ ਪੁਰਾਣੀ ਉਹਦੀ ਤਸਵੀਰ। ਜੈ
ਠੀਕ ਹੋ ਗਿਆ। ਤੇ ਕਈ ਜਾਂ ਮੱਝਾਂ ਰਹਿਮਾਨ ਐਸੀਆਂ ਬਾਈ ਨੇ ਦਾ ਸਵਾਲ ਜਿਹੜੀਆਂ ਆਇਆ ਨਾ, ਸੱਤਵੇਂ ਅੱਠਵੇਂ ਸੂਬੇ ਜਾ ਕੇ ਜਿਹੜੀਆਂ ਨੇ ਨਾ ਭਾਜੀ ਦੰਦ ਹਿਲਾਉਣਾ ਸ਼ੁਰੂ ਕਰ ਛੱਡਦੀਆਂ ਨੇ। ਅਕਸਰੀਅਤ ਬੰਦੇ ਵਪਾਰੀ ਜਿਹੜੇ ਨੂੰ ਦਾਅ ਲਾ ਕੇ ਆ ਜਾਂਦੇ ਨੇ ਜੀ, ਤੀਜਾ ਸੂਬਾ ਜਾਂ ਮੰਡੀ ਜਾਂਦੇ ਆ ਮੱਝ ਲੈਂਦੇ ਆ, ਉਹ ਖੰਗੜ ਮੱਝ ਮਗਰ ਬੱਚਾ ਤਾਜ਼ਾ ਲਾ ਦਿੰਦੇ ਨੇ, ਮੱਝ ਬੱਚਾ ਚੱਲ ਜਾਂਦੀ ਜੀ ਹੈ, ਮੱਝ ਜਿਹੜੀ ਵੀ ਨਸਲ ਦੀ ਹੋਵੇ ਇਨਸਾਨ ਚਲਾ ਹੀ ਲੈਂਦਾ ਸਭ ਕੁਝ ਕਰ ਲੈਂਦਾ, ਤੇ ਉਹ ਜਨਾਬ ਖੰਗੜ ਕਰਕੇ ਤਾਜ਼ੀ ਦੇ ਦਿੰਦੇ ਨੇ, ਘਰ ਆਉਂਦੇ ਨੇ ਮਹੀਨੇ ਬਾਅਦ ਆਣ ਕੇ ਆਉਂਦੇ ਨੇ ਜੀ, ਮੱਝ ਕੋ ਦੁੱਧ ਕੋ ਨਹੀਂ ਜਾਂ 15 ਦਿਨ ਲੰਘਦੇ ਨੇ, ਮੱਝ ਦੁੱਧ ਨਹੀਂ ਦੇ ਰਹੀ, ਮੱਝ ਦਾ ਦੁੱਧ ਬੜਾ ਸ਼ਾਰਟ ਹੋ ਗਿਆ। ਦੇਖੋ ਜੀ, ਹਰ ਬੰਦਾ ਆਪਣੀ ਆਪਣੀ ਫੀਲਡ ਦੇ ਵਿੱਚ ਮਾਸਟਰ ਹੈ, ਕਾਰੀਗਰ ਹੈ। ਜੀ ਬਿਲਕੁਲ ਬਾਬਾ ਜੀ ਇਸ਼ਫਾਕ ਸਾਹਿਬ ਇੱਕ ਵਾਰ ਆਪਣੇ ਇੱਕ ਦੋਸਤ ਜੱਜ ਕੋਲ ਤੇ ਪ੍ਰੋਫੈਸਰ ਕੋਲ ਬੈਠੇ ਸੀ, ਤੇ ਉਹਨਾਂ ਕੋਲ ਉਹਨਾਂ ਨੇ ਸਵਾਲ ਕੀਤਾ ਕਿ ਪਾਕਿਸਤਾਨ ਦੇ ਵਿੱਚ ਪੜ੍ਹੀ ਲਿਖੀ ਆਬਾਦੀ ਦਾ ਕੀ ਤਨਾਸਬ ਹੈ। ਤੇ ਉਹ ਪ੍ਰੋਫੈਸਰ ਸਾਹਿਬ ਨੇ ਉਹਨਾਂ ਨੂੰ ਨਾ ਕਿਤਾਬੀ ਤਨਾਸਬ ਦੱਸਿਆ ਕਿ 90% ਜਿਹੜੇ ਨੇ ਨਾ ਪੜ੍ਹੇ ਲਿਖੇ ਨੇ। ਤੇ ਇਸ਼ਫਾਕ ਸਾਹਿਬ ਨੇ ਕਿਹਾ ਕਿ ਨਹੀਂ, ਮੈਂ ਸਮਝਣਾ ਕਿ 95% ਪਾਕਿਸਤਾਨੀ ਪੜ੍ਹੇ ਲਿਖੇ ਨੇ, ਕਿਉਂਕਿ ਹਰ ਬੰਦਾ ਆਪਣੀ ਫੀਲਡ ਦੇ ਵਿੱਚ ਮਾਸਟਰ ਹੁੰਦਾ ਹੈ। ਲਾਜ਼ਮੀ ਨਹੀਂ ਕੋਈ ਸਕੂਲ ਜਾ ਕੇ ਕਿਤਾਬ ਪੜ੍ਹੇ ਤੇ ਉਹ ਮਾਸਟਰ ਹੋਏਗਾ। ਹਰ ਬੰਦਾ ਆਪਣੀ ਆਪਣੀ ਫੀਲਡ 'ਚ ਮਾਸਟਰ ਹੁੰਦਾ ਹੈ। ਇਸੇ ਤਰ੍ਹਾਂ ਹੀ ਹੈ ਜਿਹੜੇ ਬੰਦੇ ਮੰਡੀਆਂ ਦੇ ਜਿਸ ਤਰ੍ਹਾਂ ਕਰਦੇ ਨੇ ਜਾਂ ਕਿਸੇ ਹੋਰ ਮਾਝ ਦਾ ਲਾ ਲਿਆ, ਇਹ ਵੀ ਬੰਦੇ ਆਪਣੀ ਫੀਲਡ ਦੇ 'ਚ ਮਾਸਟਰ ਹੁੰਦੇ ਨੇ। ਆਮ ਬੰਦੇ ਨੂੰ ਤੇ ਸਮਝ ਨਹੀਂ ਆਉਣ ਦਿੰਦੇ ਕਿ ਕੱਟਾ ਕਿਸੇ ਹੋਰ ਜਾਨਵਰ ਦਾ ਜਾਂ ਇਹਦਾ। ਨਜਵਾਦ ਭਾਈ ਮੀਰ ਕੀ ਕਹਿ ਰਹੇ ਰਹਿਮਾਨ ਨੇ ਜਰਾ ਦੇਖੋ ਨਾ। ਰਹਿਮਾਨ ਭਾਈ ਕਹਿ ਰਹੇ ਨੇ ਕਿ ਤਬੀਅਤ ਨੀਲੀ ਦੀ ਰਾਵੀ ਦੇ ਨਿਸਬਤ ਕੈਸੀ ਹੁੰਦੀ ਹੈ ਤੇ ਪੰਜ ਮਿੱਠੀ ਕਲਿਆਣ ਹੁੰਦੀ ਦੇ। ਹੈ ਰਹਿਮਾਨ ਭਾਈ ਪਹਿਲੀ ਗੱਲ ਹੈ ਕਿ ਮਿੱਠੀ, ਪੰਜ ਕਲਿਆਣ ਜਿਹੜੀ ਹੈ ਨੀਲੀ ਦੇ ਵਿੱਚ ਵੀ ਹੁੰਦੀ ਹੈ, ਸਿਰਫ ਰਾਵੀ ਦੇ ਵਿੱਚ ਨਹੀਂ ਹੁੰਦੀ। ਦੂਸਰੀ ਗੱਲ ਹੈ ਕਿ ਨੀਲੀ ਦੀ ਤਬੀਅਤ ਬੜੀ ਮਿੱਠੀ ਹੁੰਦੀ ਹੈ ਮੇਰੇ ਨਜ਼ਦੀਕ। ਨਹੀਂ ਅਗਲੀ ਨਹੀਂ ਮਿੱਠੀ ਰੋਸ਼ਨੀ ਹੁੰਦੀ, ਚੀਮਾ ਵਾਕਿਆ ਸਾਹਿਬ ਮਿੱਠੀ ਪਾ ਹੁੰਦੀ ਹੈ, ਮਿੱਠੀ ਹੁੰਦੀ ਹੈ ਨੀਲੀ ਦੀ ਜਿਹੜੀ ਹੈ ਨਾ, ਤਬੀਅਤ ਉਹ ਮਿੱਠੀ ਹੁੰਦੀ ਹੈ ਰਾਫੀ ਦੀ ਨਿਸਬਤ, ਬੜੇ ਜੀ ਜੀ ਠੰਡੇ ਮਜਾਜ ਦੀ ਮੱਝ ਹੁੰਦੀ ਹੈ ਕਿ ਜਨਾਬ ਉਹਦੇ ਥੱਲੇ ਬੱਚੇ ਹੋਰ ਵੀ ਲੱਗਦੇ ਰਹਿਣ, ਉਹ ਬੱਚੇ ਚੱਲ ਜਾਂਦੀਆਂ ਨੇ, ਤੰਗ ਨਹੀਂ ਕਰਦੀਆਂ, ਬੱਚਾ ਬੇਸ਼ੱਕ ਪਰਾਂ ਬੱਜੇ ਆ ਤੇ ਬੱਚੇ ਦੇ ਕੋਲ ਘਰਾ ਕੇ ਉਂਝ ਵੀ ਥੱਲੇ ਬਹਿ ਗਏ, ਉੱਥੋਂ ਮੱਝ ਜਿਹੜੀ ਹੈ ਅਕਸਰੀਅਤ ਦੁੱਧ ਦੇ ਜਾਂਦੀ ਹੈ ਤੇ ਕੌੜੀ ਤਬੀਅਤ ਦੀ ਅਕਸਰੀਅਤ ਨਹੀਂ ਹੁੰਦੀ। ਦੂਜਾ ਸਵਾਲ ਰਹਿਮਾਨ ਸਾਹਿਬ ਦਾ ਹੈ ਕਿ ਨੀਲੀ ਨਸਲ ਵੱਖਰੀ ਹੈ, ਰਾਵੀ ਵੱਖਰੀ ਹੈ, ਇਹਨਾਂ ਨੂੰ ਨੀਲੀ ਰਾਵੀ ਕਿਉਂ ਕਿਹਾ ਜਾਂਦਾ ਹੈ? ਇਹਨਾਂ ਨੂੰ ਇਸ ਵਾਸਤੇ ਨੀਲੀ ਰਾਵੀ ਕਿਹਾ ਜਾਂਦਾ ਹੈ ਕਿ ਨੀਲੀ ਔਰ ਰਾਵੀ ਦਾ ਕ੍ਰਾਸ ਕਰਾਇਆ ਜਾਂਦਾ ਹੈ, ਉਹਦੇ ਜੋ ਜਿਹੜਾ ਬੱਚਾ ਬੱਚੀ ਹੁੰਦਾ ਉਹਨੂੰ ਨੀਲੀ ਰਾਵੀ ਆਖਦੇ ਨੇ। ਜੀ ਉਹ ਮਿਲਾਪ ਕਰਾਉਂਦੇ ਨੇ ਨਾ ਆਪਸ ਚ, ਤੁਹਾਡੇ ਕੋ ਮੱਝ ਨੀਲੀ ਦੀ ਹੈ ਤੇ ਬੁੱਲ ਉੱਤੇ ਰਾਵੀ ਦਾ ਛੱਡ ਲਿਆ, ਜਾਂ ਮੱਝ ਰਾਵੀ ਦੀ ਹੈ ਤੇ ਬੁੱਲ ਉੱਤੇ ਨੀਲੀ ਦਾ ਛੱਡ ਲਿਆ ਤੇ ਕ੍ਰਾਸ ਹੋ ਗਏ ਨਾ। ਮਲਕ ਆਸਫ ਸਾਹਿਬ ਦਾ ਸਵਾਲ ਹੈ ਚੀਮਾ ਸਾਹਿਬ ਕਿ ਮੱਝ ਦੀ ਐਵਰੇਜ ਉਮਰ ਕਿਤਨੀ ਹੁੰਦੀ ਹੈ? ਐਵਰੇਜ ਐਵਰੇਜ ਜਿਹੜੀ ਸਰ ਜੀ ਮੇਰੀ ਨਜ਼ਰ ਦੇ ਸਾਹਮਣੇ ਗੁਜ਼ਰੀ ਹੈ ਤੇ ਮੇਰੇ ਜਿਹੜੇ ਘਰ ਦੀ, ਮੈਂ ਆਪਣੀ ਤੁਹਾਨੂੰ ਦੱਸ ਦਿੰਦਾ, ਇੱਕ ਜਨਾਬ ਮੇਰੇ ਕੋਲ 17 ਸੂਬਿਆਂ ਦੀ ਹੈ ਜੇ, ਅਗਰ ਤੁਸੀਂ ਸਾਲ ਦਾ ਵੀ ਸੂਬਾ ਲਾਉਂਦੇ ਹੋ ਤਾਂ 17 ਸਾਲ ਰਹਿ ਹੋ ਗਏ, ਜੀ ਜੀ ਇਸ ਤੋਂ ਉੱਪਰ ਤੁਸੀਂ ਜਾਓ ਤੇ ਕਮ ਸੇ ਕਮ ਪੁਰਾਣੇ ਜਦੋਂ ਸਿਲਸਿਲੇ ਸਨ ਜਾਂ ਸਬੱਬ ਸਨ, ਕਮ ਸੇ ਕਮ ਵੀ ਮੱਝ 4 ਸਾਲ ਚ 5 ਸਾਲ ਚ ਪਹਿਲੇ ਸੂਬਾ ਸੁਣਦੇ ਸੀ ਝੋਟੀ ਨਾਲ ਰਲਦੀ ਹੈ। ਜੀ ਜੀ ਮੇਰੇ ਕੋ ਜਵਾਬ ਇਸ ਨਜ਼ਰੀਏ ਦੀਆਂ ਤਕਰੀਬਨ ਮੇਰੇ ਕੋਲ 3-4 ਮੱਝਾਂ ਐਸੀਆਂ ਨੇ, ਇੱਕ ਮੱਝ ਦੀ ਜਿਹਦੀ ਠੀਕ ਮੈਂ ਹੈ ਗੱਲ ਕਰ ਰਿਹਾ ਉਹ ਮੇਰੇ ਕੋਲ ਤਸਵੀਰ ਹੈ ਵੇ, ਉਹ ਮੇਰੇ ਦੋਸਤ ਵੀ ਨੇ, ਭਾਈ ਵੀ ਨੇ, ਉਸਤਾਦ ਵੀ ਨੇ ਜਿਨ੍ਹਾਂ ਨੇ ਉਹ ਮੱਝ ਦੇਖੀ ਵੀ ਏ, ਅੱਗੋਂ ਉਹਨਾਂ ਦੇ ਦੋਸਤਾਂ ਨੇ ਵੀ ਦੇਖੀ, ਉਸਤਾਦਾਂ ਨੇ, ਉਹ ਮੱਝ ਪਾ ਜਾਣ 24 ਸੂਬੇ ਸੂ ਚੁੱਕੀ ਹੈ, 24 ਸਾਲਾਂ ਦੀ ਨਹੀਂ, ਅੱਗੋਂ ਮਾਸ਼ਾਅੱਲਾ ਹਿਸਾਬ ਲਾ ਲਓ ਉਹਦੀ ਫਿਰ ਕਿੰਨੀ ਕੁ ਏਜ, ਕੋਈ 30 ਕੁ ਸਾਲਾਂ ਦੇ ਲਗਭਗ ਪੜੀ ਗਈ। ਜੀ ਜੀ ਜਵਾਦ ਬਾਈ ਕਹਿ ਰਹੇ ਨੇ ਕਿ ਜਿਹੜੀਆਂ ਮੱਝਾਂ ਦੀ ਸੇਵਾ ਹੋਵੇ ਘੱਟ ਬੁੱਢੀਆਂ ਹੁੰਦੀਆਂ ਨੇ। ਬਿਲਕੁਲ ਜਵਾਦ ਬਾਈ ਹੈ, ਤੇ ਫਿਰ ਰੱਖਣ ਵਾਲੇ ਤੇ ਡਿਪੈਂਡ ਕਰਦਾ ਨਾ। ਉਹ ਅੱਗੇ ਖੁਰਾਕ ਚ ਦੱਸਿਆ ਨਾ ਕਿ ਜਿਹਨਾਂ ਦੀ ਖੁਰਾਕ ਤੇਜ਼ ਤੋਂ ਆਪਣਾ ਬਚਾਈ ਰੱਖਦੇ ਨੇ, ਤੇ ਜਿਹਨਾਂ ਦੀ ਖੁਰਾਕ ਨਹੀਂ ਤੋ 5ਵੇਂ 6ਵੇਂ ਸੂਏ ਵੀ ਜਨਾਬ ਆਉਂਦੇ ਨੇ, ਠੀਕ ਹੈ ਦੰਦ ਹਿਲਗੇ ਜੇ। ਔਰ ਇਹਦੇ ਚ ਇੱਕ ਹੋਰ ਗੱਲ ਹੈ, ਮਿਮਰਾਨ ਸੁਣ ਰਹੇ ਨੇ ਕਿ ਮੱਝ ਦੀ ਖੁਰਾਕ ਜਿਹੜੀ ਹੈ, ਮੱਝ ਵੱਡੀ ਹੋ ਜਾਏ ਉਸ ਵੇਲੇ ਇਤਨਾ ਜ਼ਿਆਦਾ ਅਸਰ ਨਹੀਂ ਰੱਖਦੀ ਜਿਸ ਵੇਲੇ ਉਹਨੂੰ ਬਚਪਨ ਤੇ ਤੁਸੀਂ ਸ਼ੁਰੂ ਕਰਦੇ ਹੋ। ਜੇ ਤੁਹਾਡੀ ਕੱਟੀ ਹੁੰਦੀ ਹੈ ਤੇ ਤੁਸੀਂ ਉਹਨੂੰ ਜੰਮਦਣੇ 2 ਹਫ਼ਤਿਆਂ ਬਾਅਦ ਵੱਡੇ ਡੰਗਰਾਂ ਵਾਲੇ ਪੱਠੇ ਖਵਾਲਣ ਲੱਗ ਪੈਂਦੇ ਹੋ ਤੇ ਉਹਦੀ ਤਬਾਹੀ ਕਰ ਰਹੇ ਹੋ। ਇਹਨਾਂ ਦੀ ਉਹ ਜਿਹੜੀ ਮੁਕੰਮਲ ਹੋਣ 'ਚ 2 ਮਹੀਨਿਆਂ ਦੀ ਲੈ ਕੇ 6 ਮਹੀਨੇ ਲੱਗਦੇ ਨੇ। ਇਸ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਛੋਟੇ ਜਾਨਵਰ ਨੂੰ ਵੱਡੇ ਜਾਨਵਰਾਂ ਵਾਲੇ ਪੱਠੇ ਨਾ ਪਾਓ, ਉਹਨਾਂ ਦੀ ਵਜ੍ਹਾ ਤੇ ਉਹਨਾਂ ਦੇ ਢਿੱਡ ਢੋਲ ਬਣ ਜਾਂਦੇ ਨੇ। ਜੀ ਉਹ ਬਚਪਨ ਚ ਵੇਖੋ ਜਿਹੜੀ ਚੀਜ਼ ਨਹੀਂ ਸ਼ੁਰੂ ਤੋਂ ਰੱਖੀ ਜਾਂਦੀ ਉਹ ਅੰਡੋ ਦਾ ਜਿਹੜਾ ਮਿਆਰ ਹੈ ਮਜ਼ਬੂਤ ਰਹਿੰਦਾ, ਅੱਗੋਂ ਜੋ ਮਾਲਕ ਨੇ ਪਾਉਣਾ ਹੈ ਜਾਨਵਰ ਨੇ ਉਹ ਦੇਣਾ ਹੈ। ਜੀ ਜੀ ਬਿਲਕੁਲ ਤੇ ਭਾਈ ਜਵਾਦ ਜਾਣਦੇ ਨੇ ਮੇਰੀ ਉਸ ਮੱਝ ਨੂੰ ਜਿਹਦਾ ਮੈਂ ਜ਼ਿਕਰ ਵੀ ਕੀਤਾ, ਭਾਈ ਜਵਾਦ ਹੋਰਾਂ ਨੇ ਜੀ ਜੀ ਦੇਖੀ ਵੀ ਹੈ,
ਬਕਾਇਦਾ ਜੀ ਜੀ ਤੁਹਾਡੇ ਜ਼ਿਲ੍ਹੇ 'ਚ ਇੱਕ ਵਾਰੀ ਦੁੱਧ ਮੁਕਾਬਲੇ 'ਚ ਵਿਨਰ ਵੀ ਹੋਈ ਸਾਜੇ, ਹੌਲੇ ਵੀ ਮੱਝ ਕੋਲ ਹੈ। ਜ਼ਿੰਦਾਬਾਦ ਚੱਲ ਆਪਾਂ ਜੀ ਖੈਰ ਕਰੇ ਅਸੀਂ ਆਉਂਦੇ ਹਾਂ ਕਿ ਸਾਡੇ ਹਵੇਲੀ ਦੀ ਜਾਂ ਡੇਰੇ ਦੀ, ਫਾਰਮਰ ਨਹੀਂ ਮੈਂ ਕਹਿ ਸਕਦਾ ਜਾਂ ਮੈਂ ਡੇਰੀ ਨਹੀਂ ਕਹਿ ਸਕਦਾ ਜਾਂ ਮੈਂ ਫਾਰਮ ਨਹੀਂ ਕਹਿ ਸਕਦਾ, ਰਵਾਇਤੀ ਕਿਸਮ ਦੇ ਜ਼ਿਮੀਂਦਾਰ ਹਾਂ ਕਿ ਹੌਲੇ ਵੀ ਡੇਰੇ ਆਵੇ ਤਾਂ ਚਲੋ ਸਾਹ ਲੈਂਦੀ ਹੈ, ਬਚੀ ਰਵੇ ਤਾਂ ਚੰਗੀ ਹੈ। ਅੱਲਾ ਪਾਕ ਕੀ ਹਾਥੀ ਦੇ ਜੀ। ਹਾਂਜੀ, ਹੋਰ ਕਿਸੇ ਦੋਸਤ ਦਾ ਅਗਰ ਕੋਈ ਸਵਾਲ ਹੈ ਤੇ ਉਹ ਆਪਣਾ ਸਵਾਲ ਕਰ ਲਓ। ਤਿੰਨਾਂ ਨਸਲਾਂ ਤੇ ਗੱਲਬਾਤ ਹੋ ਗਈ ਹੈ, ਇਨਸ਼ਾਅੱਲਾ ਤਾਲਾ ਅਗਲਾ ਪ੍ਰੋਗਰਾਮ ਜਿਹੜਾ ਅਸੀਂ ਤੇ ਜਿਹੜੀ ਰੀਪ੍ਰੋਡਕਸ਼ਨ ਤੇ ਕਰਾਂਗੇ। ਤੁਹਾਡੀ ਚਲੋ ਜਾਂਦੇ ਜਾਂਦੇ ਚਨਾਹ ਦੇ ਕਰ ਜਾਂਦੇ ਆ ਬਾ ਜੀ, ਚਨਾਹ ਵੀ ਬੇਸਿਕਲ ਨਸਲ ਅੱਛੀ ਹੈ ਲੇਕਿਨ ਰਜਿਸਟਰ ਨਹੀਂ ਹੋਈ, ਦੋ ਦੋ ਵੀ ਆਪਣੇ ਇਲਾਕੇ 'ਚ ਜੀ ਠੀਕ ਦੇਣਾ ਚਾਹੁੰਦੀ, ਹਰ ਇਲਾਕੇ ਆਪਣੇ ਆਪਣੇ ਦੀ ਮੱਝੋ ਵੀ ਚੰਗੀ ਹੈ, ਉਹਨਾਂ ਦਾ ਜ਼ਰਾ ਛੱਤ ਬਿਲਕੁਲ ਛੁੱਤ ਜਾਂ ਕੱਦ, ਇਹਨਾਂ ਸਾਰੀਆਂ ਮੱਝਾਂ ਨੂੰ ਜ਼ਰਾ ਨੀਵਾਂ ਹੁੰਦਾ ਛੋਟਾ ਹੁੰਦਾ, ਠੀਕ ਹੋ ਗਿਆ। ਦੋ ਦੋ ਵੀ ਆਪਣੇ ਮੁਕਾਬਲੇ 'ਚ ਆਪਣੇ ਖੁਰਾਕ ਦੇ ਹਿਸਾਬ ਨਾਲ ਬਿਹਤਰੀਨ ਦਿੰਦੀ ਹੈ, ਐਵਰੇਜ ਉਹਦੀ ਵੀ ਠੀਕ ਹੈ। ਠੀਕ ਹੈ ਤੇ ਕਈ ਮੱਝਾਂ ਐਸੀਆਂ ਨੇ ਜਿਹੜੀਆਂ ਮੇਲੇ 'ਚ ਖੇਡੀਆਂ ਨੇ, ਉਹਨਾਂ 'ਚ ਚਨਾਹ ਦਾ ਵੀ ਕ੍ਰਾਸ ਹੋਵੇ ਤਾਂ ਲਾਜ਼ਮ ਨਹੀਂ ਕਿ ਨੀਲੀ ਰਾਵੀ ਕ੍ਰਾਸ ਦੀਆਂ ਜਿੱਤਦੀਆਂ ਆਉਂਦੀਆਂ ਨੇ। ਸ਼ਾਹ ਸਾਹਿਬ ਕਹਿ ਰਹੇ ਨੇ ਕਿ ਇੱਕ ਵਕਤ ਆਏਗਾ ਜਦ ਨੀਲੀ ਰਾਵੀ ਕ੍ਰਾਸ ਨਹੀਂ ਬਲਕਿ ਨਸਲ ਹੋਗੀ। ਜੀ ਸ਼ਾਹ ਸਾਹਿਬ, ਜਿਸ ਵੇਲੇ ਅਸੀਂ ਨਸਲ ਬਚਾਉਣ ਦੀ ਬਜਾਏ ਕ੍ਰਾਸ ਵਾਲੇ ਪਾਸੇ ਟੁਰ ਪੈਣਾ ਹੈ, ਸਾਡੀ ਨੀਲੀ ਨਾ ਪੈਦਾ ਹੋ ਜਾਣੀ ਹੈ, ਰਾਵੀ ਨਾ ਪੈਦਾ ਹੋ ਜਾਣੀ ਹੈ, ਤੇ ਆਟੋਮੈਟਿਕਲੀ ਫਿਰ ਸਾਡੀ ਨੀਲੀ ਰਾਵੀ ਰਹਿ ਜਾਣੀ ਹੈ, ਫਿਰ ਇਹ ਨਸਲ ਬਣ ਜਾਣੀ ਹੈ। ਜੀ ਤੁਹਾਡੀ ਰਜਿਸਟਰ ਜਿਹੜੀ ਹੈ ਨਾ ਤੁਹਾਡੇ ਖਾਤੇ 'ਚੋਂ ਨੀਲੀ ਰਾਵੀ ਹੋਈ ਹੈ, ਜੀ। ਰਜਿਸਟਰ ਵੀ ਬਕਾਇਦਾ ਇਸੇ ਨਾਮ ਤੋਂ ਨੀਲੀ ਰਾਵੀ ਦੇ ਤੋਂ ਹੀ ਹੋਈ ਹੈ ਅਕਸਰੀਅਤ ਜਿਹੜੀ ਹੈ, ਤੇ ਨੀਲੀ ਰਾਵੀ ਦੋਵੇਂ ਲਹਿਦਾ ਲਹਿਦਾ ਨਸਲਾਂ ਨੇ, ਲੇਕਿਨ ਕ੍ਰਾਸ ਕਰਾ ਕੇ ਲੈ ਕੇ ਆਉਂਦੇ ਨੇ, ਦੁੱਧ ਪੀਰੀਅਡ ਜ਼ਿਆਦਾ ਵੱਧ ਜਾਂਦਾ, ਮੱਝ ਵੱਡੀ ਬਣ ਜਾਂਦੀ ਹੈ, ਕਈ ਜਿਹੜੇ ਸ਼ੌਂਕ ਉਸ ਅੰਦਾਜ਼ ਦਾ ਕਰਦੇ ਨੇ ਉਹਨਾਂ ਨੂੰ ਉਹ ਸ਼ੌਂਕ ਪੂਰਾ ਹੁੰਦਾ ਰਹਿੰਦਾ, ਜਿਹੜੇ ਬਰੀਕੀਆਂ ਦਾ ਸ਼ੌਂਕ ਕਰਦੇ ਨੇ ਉਹ ਨੀਲੀ ਪਿਓਰ ਤੇ ਕਰਦੇ ਨੇ। ਮਾਰੂਫ ਚਿਸ਼ਤੀ ਬਾਈ ਦਾ ਸਵਾਲ ਆਇਆ ਕਿ ਖਾਸ ਨੀਲੀ ਜਾਂ ਰਾਵੀ ਬਰੀਡ ਇਸ ਵੇਲੇ ਕਿਰੇ ਹੈ ਕਿਸੇ ਕੋਲੇ? ਜੀ ਨੀਲੀ ਖਾਲਸ ਤੇ ਬਹੁਤ ਪਈ ਏ ਬੰਦਿਆਂ ਕੋਲ ਹੈ ਵੇ, ਤੇ ਰਾਵੀ ਅਕਸਰੀਅਤ ਜਿਹੜੀ ਏ ਜੀ ਉਹ ਘਟ ਚੁੱਕੀ ਏ, ਮੱਝਾਂ ਲੱਭ ਜਾਂਦੀਆਂ ਨੇ ਰਾਵੀ ਦੀਆਂ ਵੀ ਲੇਕਿਨ ਘੱਟ ਨੇ ਨੀਲੀ ਦੀ ਨਿਸਬਤ, ਜੀ ਤੇ ਨੀਲੀ ਵਕਾਰ ਅਹਿਮਦ ਬਾਈ ਜਾਨ ਜਿੰਨਾ ਕੋ ਆਪਣੇ ਇਲਾਕੇ ਚ ਜੀ, ਟੁਰੇ ਆ ਨੀਲੀ, ਹੁਣ ਤੁਹਾਡੇ ਆਪਣੇ ਇਲਾਕਿਆਂ ਚ ਤੁਹਾਨੂੰ ਮੱਝਾਂ ਲੱਭ ਜਾਂਦੀਆਂ ਨੇ ਪਿਓਰ। ਠੀਕ ਹੋ ਗਿਆ। ਵਕਾਰ ਬਾਈ ਜਾਨ, ਜਿਹੜੀ ਤੁਹਾਡੀ ਮੱਝ ਗੱਭਣ ਨਹੀਂ ਹੋ ਰਹੀ ਉਹਦੀ ਡਿਵਰਮਿੰਗ ਕਰਵਾਓ, ਔਰ ਡਿਵਰਮਿੰਗ ਦੇ ਵਿੱਚ ਅਕਸਰ ਭਾਈ ਪੁੱਛਦੇ ਨੇ ਕਿ ਡਿਵਰਮਿੰਗ ਕੀ ਹੈ। ਡਿਵਰਮਿੰਗ ਜਿਹੜਾ ਹੈ ਕੀੜਿਆਂ ਦੀ ਦਵਾਈ ਦਾ ਇੱਕ ਪ੍ਰਾਸਰ ਹੁੰਦਾ ਹੈ, ਇਸ ਪ੍ਰੋਸੈਸ ਦੇ ਵਿੱਚ ਟੀਕਾ ਵੀ ਲੱਗਦਾ ਹੈ, ਪਿਲਾਉਣ ਵਾਲੀ ਦਵਾਈ ਵੀ ਦਿੱਤੀ ਜਾਂਦੀ ਹੈ। ਅੰਦਰੂਨੀ ਕੀੜੇ ਜਿਸਲੇ ਜਿੱਚਰ ਤੱਕ ਤੁਹਾਡੇ ਜਾਨਵਰਾਂ ਦੇ ਜਿਸਮ 'ਚ ਰਹਿਣੇ ਨੇ, ਤੁਸੀਂ ਜਿੰਨਾ ਉਹਨਾਂ ਨੂੰ ਖੁਰਾਕ ਖਵਾਲ ਰਹੇ ਹੋ ਉਹ ਖੁਰਾਕ ਭਰਪੂਰ ਤੌਰ ਤੇ ਡੰਗਰ ਨੂੰ ਫਾਦੀਅਤ ਨਹੀਂ ਦੇ ਰਹੀ ਹੁੰਦੀ, ਤੁਸੀਂ ਉਹਦੀ ਡਿਵਰਮਿੰਗ ਕਰਵਾਓ। ਜਿਹੜੀ ਮੱਝ ਤੁਹਾਡੀ ਗੱਭਣ ਨਹੀਂ ਹੋ ਰਹੀ, ਡਿਵਰਮਿੰਗ ਡਿਵਰਮਿੰਗ ਕਰਵਾ ਕਰਵਾਉਣ ਤੇ ਦਿਓ ਆਪਣੀ ਤੁਹਾਨੂੰ। ਜਨਾਬ ਖੁਰਾਕ ਤੇਜ਼ ਕਰਨ ਤੇ ਕੋਈ ਮਿਨਰਲ ਜੀ ਜੀ ਵਗੈਰਾ ਦੇਣ ਤੇ ਉਹ ਆਪਣੇ ਆਪ ਆ ਜੇ ਦੀ ਬਾ ਹੀਟ ਤੇ। ਜੀ ਜੇ ਡਿਵਰਮਿੰਗ ਕਰ ਲਈਏ ਤੇ ਐਸੇ ਗਰੁੱਪ ਦੀ ਐਲਬਮ ਦੇ ਵਿੱਚ ਜਾਨਵਰ ਨੂੰ ਹੀਟ ਦੇ ਵਿੱਚ ਲਿਆਉਣ ਵਾਲਾ ਵਿਕਾਸ ਬਾਈ ਦਾ ਤਰਤੀਬ ਸ਼ੁਦਾ ਇੱਕ ਨੁਸਖਾ ਪਿਆ, ਉਹ ਦਿਓ, ਇਨਸ਼ਾਅੱਲਾ ਤਾਲਾ ਹੀਟ 'ਚ ਆ ਜਾਏਗੀ। ਕਿਸੇ ਹੋਰ ਬਾਈ ਦਾ ਕੋਈ ਸਵਾਲ ਆਇਆ ਤੇ ਕਰ ਲਓ, ਨਹੀਂ ਤੇ ਫਿਰ ਇਨਸ਼ਾਅੱਲਾ ਤਾਲਾ ਪ੍ਰੋਗਰਾਮ ਦਾ ਐਂਡ ਕਰਨੇ ਆ। ਘੰਟਾ ਹੋ ਗਿਆ ਪੂਰਾ ਚੀਮਾ ਸਾਹਿਬ। ਚਲੋ ਜੀ ਕੋਈ ਗੱਲ ਨਹੀਂ, ਕਿਸੇ ਵੀਰ ਦਾ ਆ ਤਾਂ ਠੀਕ ਹੈ ਦੇਖਦੇ ਹਾਂ, ਤੇ ਅੱਧੇ ਬਕਾਇਦਾ ਕੋਈ ਘੰਟੇ ਦਾ ਲਾਇਓ ਇਹਨਾਂ ਪ੍ਰੋਗਰਾਮ ਨੂੰ, ਸੀ ਹੁਣ ਦੱਸੋ ਜੀ। ਅਨਕਰੀਬ ਜਲਦ ਜਾ ਰਹੇ ਹਾਂ ਪਾਕਿਸਤਾਨ ਤੇ ਉੱਥੇ ਜਾ ਕੇ ਕੁਝ ਹੋਰ ਇਹਨਾਂ ਨੂੰ ਵਹਾਵਾਂਗੇ, ਤੇ ਜਿਹੜਾ ਸੱਚ ਹੈ ਉਹ ਵੀ ਵਹਾਵਾਂਗੇ, ਮਾਰੂਫ ਸੱਚ ਚਿਸ਼ਤੀ ਬੋਲਣਾ ਸਾਹਿਬ ਦਾ ਚਾਹੀਦਾ। ਸਵਾਲ ਆਇਆ ਕਿ ਹਿੰਦੁਸਤਾਨ ਦੀ ਨਸਲ ਜਿਹੜੀ ਹੈ ਮੁਰਾ ਮੱਝ ਪਾਕਿਸਤਾਨ ਦੇ ਵਿੱਚ ਵੀ ਹੈ ਕਿਰੇ? ਜੀ ਮੁਰਾ ਜਿਹੜੀ ਨਸਲ ਉਹਨਾਂ ਦੀ ਹੈ ਨਾ ਭਾਜੀ, ਤੇ ਪਾਕਿਸਤਾਨ ਦੇ ਵਿੱਚ ਫਿਲਹਾਲ ਤੇ ਕੋਈ ਨਾ ਕਿਲੇ ਸਾਹਮਣੇ ਆਈ ਹੈ, ਤੇ ਗੈਬਾਂ ਨਾ ਤਾਰਫ ਹੈ ਵੇ, ਕੋਈ ਕਹਿ ਰਿਹਾ ਕਿ ਮੈਂ ਇੰਨੇ ਸੀਮਣ ਮੰਗਵਾਏ ਸਨ ਤੇ ਮੈਂ ਮੱਝਾਂ ਨੂੰ ਰਖਾਏ ਤੇ ਮੇਰੇ ਕੋਲ ਕ੍ਰਾਸ ਹੈ ਨੇ, ਉਹ ਵੀ ਕਿਲੇ ਮੁਲਤਾਨ ਵਾਲੀ ਸਾਈਡ ਤੇ ਇੱਕ ਦੋ ਦਫਾ ਸੁਣਿਆ ਮੇਰੇ ਦੋਸਤ ਨੇ ਤੇ ਉਹਨਾਂ ਦੇ ਬਕੌਲ, ਲੇਕਿਨ ਲਾਈਵ ਨਹੀਂ ਵੇਖਿਆ, ਐਵੇਂ ਤੁਹਾਡੇ ਨਾਲ ਭਾਜੀ ਗਲਤ ਬਿਆਨੀ ਕਰੀਏ ਫਾਇਦਾ ਨਹੀਂ। ਠੀਕ ਹੋ ਗਿਆ। ਔਰੰਗਜ਼ੇਬ ਚੀਮਾ ਸਾਹਿਬ, ਐਸੇ ਗਰੁੱਪ ਦੇ ਉੱਤੇ ਤੁਸੀਂ ਦੇਖੋਗੇ ਨਾ ਤੇ ਡਿਸਕਸ਼ਨ ਔਰ ਐਲਬਮਸ ਵਗੈਰਾ ਦੇ ਆਪਸ਼ਨ ਨੇ, ਐਲਬਮ ਤੇ ਕਲਿੱਕ ਕਰੋਗੇ ਤੇ ਦੁੱਧ ਵਧਾਉਣ ਵਾਲਾ ਨੁਸਖਾ ਉੱਥੇ ਮੌਜੂਦ ਹੈ, ਉਹ ਦੇਖ ਲਓ। ਵਕਾਰ ਅਹਿਮਦ ਸਾਹਿਬ ਨੇ ਸਵਾਲ ਕੀਤਾ ਕਿ ਭਾਈਜਾਨ ਮੱਝ ਕਿੰਨੇ ਦਿਨੇ ਬਾਅਦ ਐਟਾ ਸੁੱਟਦੀ ਏ? ਮੇਰਾ ਖਿਆਲ ਇਹ ਪੁੱਛ ਰਹੇ ਨੇ ਕਿ ਮੇਲਾ ਕਿੰਨੇ ਦਿਨ ਬਾਅਦ ਸੁੱਟਦੀ ਏ? ਮੇਲਾ ਤਕਰੀਬਨ
12 ਦੀ 15 ਦਿਨ ਐਵਰੇਜ ਮੱਝਾਂ ਲੈਂਦੀਆਂ ਨੇ, ਕਿਉਂ ਚੀਮਾ ਸਾਹਿਬ? ਜੀ ਗਰਮੀਆਂ 'ਚ ਬਿਲਕੁਲ ਇਹ ਹੀ ਦਿਨ ਲੈਂਦੇ ਨੇ, ਤੇ ਸਰਦੀਆਂ 'ਚ ਕੋਈ 2-4 ਦਿਨ ਉੱਪਰ ਵੀ ਹੋ ਜਾਂਦੇ ਨੇ, ਕੋਈ ਐਸੀ ਜੀ ਗੱਲ ਜੀ ਨਹੀਂ, 21 ਦਿਨ ਦੇ ਵਿੱਚ ਮੱਝ ਮੈਲਾ ਸੱਟ ਜਾਂਦੀ ਹੈ। ਜੀ ਜੀ ਠੀਕ ਹੋ ਗਿਆ। ਸ਼ੁਐਬ ਭਾਈ ਦਾ ਸਵਾਲ ਨਹੀਂ ਮੈਨੂੰ ਪੂਰਾ ਨਜ਼ਰ ਆ ਰਿਹਾ, ਕਹਿੰਦੇ ਨੇ 1 ਮਹੀਨਾ ਰਹਿੰਦੀ ਹੈ ਸੂਣ ਵਿੱਚ, ਤੇ ਸ਼ਾਇਦ ਖੁਰਾਕ ਦਾ ਪੁੱਛ ਰਿਹਾ। ਮੈਡਮ ਤੇ ਗਰੁੱਪ ਐਲਬਮ ਦੇ ਵਿੱਚ ਮੌਜੂਦ ਹੈ, ਤੁਸੀਂ ਆਪਣਾ ਮਤਵਾਜ਼ਨ ਚਾਰਾ ਦਿਓ, ਪਾਣੀ ਆਪਣੇ ਡੰਗਰਾਂ ਨੂੰ ਖੁੱਲਾ ਪਿਲਾਇਆ ਕਰੋ, ਹਰ ਛੋਟੇ ਵੱਡੇ ਡੰਗਰ ਦੀ ਖੁਰਲੀ ਦੇ ਵਿੱਚ ਨਮਕ ਦਾ ਪੱਥਰ ਰੱਖਿਆ ਕਰੋ, ਜਿਉਂ ਜਿਉਂ ਤੁਸੀਂ ਚਾਰਾ ਤਬਦੀਲ ਕਰਦੇ ਹੋ ਮਕਈ ਜ਼ਿਆਦਾ ਕਰ ਲੈਂਦੇ ਹੋ, ਤੁਹਾਡੇ ਮਕਈ ਹਰਾ ਪੱਠਾ ਜ਼ਿਆਦਾ, ਨਾਲ ਮਸਾਲੇ ਵੀ ਦਿਆ ਕਰੋ ਮੱਝਾਂ ਨੂੰ, ਕੋਈ ਮਤਲਬ ਬਾਦੀ ਵਗੈਰਾ ਤੇ ਨਾ ਹੋ ਤੂੜੀ ਜਾਵੇ। ਇਸ ਦਿਨਾਂ 'ਚ ਬਹੁਤ ਘੱਟ ਇਸਤੇਮਾਲ ਕਰਨ ਉਸ ਮੱਝ ਨੂੰ ਜਿਹੜੀ ਸੂਣ ਵਾਲੀ ਹੈ ਨਾ। ਗੱਭਣ ਜਾਨਵਰ ਦੀ ਸੋਜਿਸ਼ ਦਾ ਕੋਈ ਹੱਲ? ਇਬਰਾਹਿਮ ਜੰਜੂਆ ਸਾਹਿਬ, ਇਬਰਾਹਿਮ ਜੰਜੂਆ ਸਾਹਿਬ ਬਾਜ਼ਾਰੀ ਵੰਡਾ ਬੰਦ ਕਰ ਦਿਓ, ਸੋਜਿਸ਼ ਇਨਸ਼ਾਅੱਲਾ ਤਾਲਾ ਬੰਦ ਹੋ ਜਾਏਗੀ, ਉਸ ਦੀ ਬਾਅਦ ਸੋਜਨ ਸਫਾਈ ਦਾ ਪੁੱਛੋ ਖਾਸ ਨਾ, ਧਿਆਨ ਰੱਖੋ। ਪ੍ਰੈਗਨੈਂਟ ਕਿੰਨੀ ਦੇਰ ਦੀ ਹੈ, ਦੁੱਧ ਦੇ ਰਹੀ ਹੈ ਕਿ ਡਰਾਈ ਹੋ ਗਈ ਹੈ, ਕੀ ਕੀਤਾ ਉਹਨੇ? ਜੀ, ਠੀਕ। ਕੋਈ ਚੀਜ਼? ਜੀ, ਕੋਈ ਚੀਜ਼ ਦੇਣ ਦੀ ਲੋੜ ਹੈ ਵਕਾਰ ਸਾਹਿਬ, ਜਿਹੜਾ ਮੈਂ ਤੁਹਾਨੂੰ ਨੁਸਖਾ ਦੱਸਿਆ ਨਾ ਈਟੀ ਚ ਲਿਆਵਣ ਵਾਲਾ, ਡਿਵਰਮਿੰਗ ਕਰਾਉਣ ਦੀ ਬਾਅਦ ਉਹ ਨੁਸਖਾ ਦਿਓ। ਵਿੱਕੀ ਜੱਟ ਸਾਹਿਬ, ਮੱਝ ਦੇ ਦੁੱਧ ਤੇ ਝੱਗ ਨਹੀਂ ਆਉਂਦੀ ਚੀਮਾ ਸਾਹਿਬ? ਜੀ ਭਾਜੀ ਹੁਣ ਸਰਦੀਆਂ ਨੇ ਝੱਗ ਫਿਰ ਕਿੱਥੋਂ ਆਉਣੀ ਹੈ, ਝੱਗ ਉਹਨਾਂ ਦੇ ਆਉਣੀ ਹੈ ਜਿਨ੍ਹਾਂ ਨੇ ਮੱਝਾਂ ਸਾਂਭ ਲੈਣੀਆਂ ਨੇ। ਭਾਜੀ ਮਾਇਨ ਨਹੀਂ ਜੇ ਕਰਨਾ ਕਿ ਮੱਝਾਂ ਤੇ ਕੇਅਰ ਕਰੋ, ਉਹਨਾਂ ਨੂੰ ਕੋਈ ਆਪਣਾ ਮਸਾਲਾ ਵਗੈਰਾ ਤੁਸੀਂ ਦਿਓ, ਸਭ ਤੋਂ ਆਸਾਨ ਤੇ ਸਸਤਾ ਜੇ ਤੁਹਾਨੂੰ ਦੱਸ ਦਿੰਦੇ ਹਾਂ, ਸੋਏ ਮੇਥਰੇ ਆਲਿਓ ਜੀ ਅਲਸੀ ਜੀ ਗੁੜ ਮੋਟੀਆਂ ਇਲਾਚੀਆਂ, ਇਹ ਗ੍ਰੈਂਡ ਕਰ ਲਵੋ, ਕੁੱਟ ਕੇ ਰੱਖ ਲਵੋ, ਤੇ ਜਨਾਬ ਤੀਜੇ ਚੌਥੇ ਦਿਨ ਪਿੰਨੀ ਛੋਟੀ ਛੋਟੀ ਜਿਹੜੀ ਹੈ ਨਾ ਆਟੇ ਦੀ ਪਿੰਨੀ ਤੋਂ ਛੋਟੀ ਉਹ ਦੇ ਛੱਡੋ, ਮੱਝਾਂ ਅੱਛਾ, ਗਰਮ ਵੀ ਰਹਿਣ ਦੀਆਂ ਤੇ ਹੀਟ 'ਚ ਵੀ ਦੁੱਧ ਜਿਹੜਾ ਝੱਗ ਵੀ ਦੇਂਦੀਆਂ ਰਹਿਣ ਦੀਆਂ। ਇਹ ਸਾਡੇ ਇੱਕ ਔਰੰਗਜ਼ੇਬ ਬੜੇ ਚੀਮਾ ਸੀਨੀਅਰ ਸਾਹਿਬ ਜੇ ਜਿਹੜਾ, ਮੈਂਬਰ ਆਏ ਨੇ, ਭਾਈ ਉਮਰ ਨਜ਼ੀਰ ਗੁੱਜਰ ਸਾਹਿਬ, ਜਿਹੜੇ ਆਲ ਵਰਲਡ ਜੀ ਚੈਂਪੀਅਨ ਵੀ ਨੇ ਪਾਕਿਸਤਾਨ ਦੁੱਧ ਜੀ ਜੀ ਮੁਕਾਬਲਿਆਂ 'ਚ, ਮੈਨੂੰ ਨਹੀਂ ਜੇ ਨਜ਼ਰ ਆਏ, ਤੁਹਾਨੂੰ ਹੀ ਕਿਹੜੇ ਨਜ਼ਰ ਆਏ ਨੇ? ਆ ਫਿਰ ਜੀ ਆ ਗਏ, ਆ ਗਏ ਨੇ, ਮੇਰੇ ਫਰੈਂਡ ਨੇ ਆ ਜੀ ਤੁਹਾਡੇ ਆ ਸਾਹਿਬ ਗਏ ਨੇ ਫਰੈਂਡ, ਮੈਨੂੰ ਨਜ਼ਰ ਐਡ ਨੇ ਤੇ ਬੜੇ ਫਰੈਂਡ ਆ ਜੀ ਪਿਆਰੇ ਜੇ ਸਾਹਿਬ, ਸਾਡੇ ਅਸਲਾਮ ਵੀਰ ਅਲੈਕੁਮ ਜੇ, ਜਨਾਬ ਬੜੇ ਪਿਆਰੇ ਜੇ ਜੀ। ਵੀਰ ਜੇ, ਤੇ ਅਸੀਂ ਜਿਹੜਾ ਕੋਈ ਇਲਮ ਉਲਮ ਹੈ, ਕੋਈ ਇਹੋ ਜਿਹੇ ਵੀਰਾਂ ਕੋਈ ਸਿੱਖਿਆ, ਤੇ ਇਲਮ ਕਿਸੇ ਦੀ ਜ਼ਿਕੀਰ ਨਹੀਂ ਹੁੰਦੀ, ਤੇ ਸਿੱਖਣ ਨਾਲ ਹੀ ਆਉਂਦਾ ਕਿ ਕਿਸੇ ਕੋ ਪੁੱਛ ਲਿਆ, ਕਿਸੇ ਨੂੰ ਦੱਸ ਲਿਆ। ਜੀ, ਹਾਜੀ ਸਾਹਿਬ ਖੁਸ਼ ਆਮਦੇਦ ਗਰੁੱਪ ਦੇ ਵਿੱਚ। ਅੱਛਾ ਚੀਮਾ ਸਾਹਿਬ, ਔਰੰਗਜ਼ੇਬ ਚੀਮਾ ਸਾਹਿਬ ਦਾ ਸਵਾਲ ਹੈ ਕਿ ਦੁੱਧ ਵਾਲੇ ਜਾਨਵਰਾਂ ਨੂੰ ਕਮਾਦ ਪਾਉਣਾ ਚਾਹੀਦਾ? ਜੀ ਬਿਲਕੁਲ ਪਾਉਣਾ ਚਾਹੀਦਾ। ਸ਼ੁਐਬ ਦਾ ਸਵਾਲ ਇਹ ਸੀ ਕਿ ਮੱਝ ਨੂੰ 1 ਮਹੀਨਾ ਰਹਿ ਗਿਆ ਸੂਣੀ ਤੇ ਦੁੱਧ ਥਣਾ ਚ ਲਾ ਆਈਏ। ਦੁੱਧ ਥਣਾ 'ਚ ਲਾਈਏ, ਕਈ ਮੱਝਾਂ ਜਿਹੜੀਆਂ ਨੇ ਥਣਾ 'ਚ ਦੁੱਧ ਜਮਾਨੇ 'ਚ ਅਕਸਰੀਅਤ ਮਹੀਨਾ ਪਹਿਲਾਂ ਲਾਣੀਆਂ, 10 ਦਿਨ ਪਹਿਲਾਂ ਲਾਣੀਆਂ ਸ਼ੁਰੂ ਕਰ ਦਿੰਦੀਆਂ ਨੇ, ਕੋਈ ਐਸੀ ਗੱਲ ਨਹੀਂ, ਕਈ ਜਿਹੜੀਆਂ ਨੇ ਐਂਡ ਵਾਲੇ 15 ਦਿਨਾਂ 'ਚ ਆਣ ਕੇ ਆਪਣਾ ਵਹਾਉਂਦੀਆਂ ਨੇ, ਅਦਨਾਨ ਕਈ ਤਾਲਬ ਚੱਡਾ ਸਾਹਿਬ ਦਾ ਪਹਿਲਾਂ ਸ਼ੁਰੂ ਸਵਾਲ ਕਰ ਹੈ 10 ਦਿੰਦੀਆਂ। 22 ਦੇ ਬਾਰੇ ਚ। ਜੀ 10-22 ਦੇ ਬਾਰੇ 'ਚ ਕੀ ਸਵਾਲ ਕਰਦੇ ਨੇ ਜੀ? ਇਹ ਕਹਿੰਦੇ ਨੇ ਕਿ 10-22 ਕੈਸਾ ਹੈ? 10-22 ਜੀ ਅੱਛਾ ਹੈ, ਵੇਖਣ 'ਚ ਵੀ ਅੱਛਾ ਹੈ, ਹਲੇ ਉਹਦੀ ਹੈ ਆਖੀ ਇੱਕ ਉਹ ਅਪਰੂਵਲ ਬੁੱਲ ਨਹੀਂ ਬਣਿਆ, ਅਪਰੂਵਲ ਜੀ, ਬੁੱਲ ਉਦੋਂ ਬਣਿਆ ਜਦੋਂ ਉਹਦੀਆਂ ਕੋਈ ਬੱਚੀਆਂ ਜਵਾਨ ਹੋ ਕੇ ਤਾਂ ਉਹਦੀਆਂ ਕੋਈ ਦੁੱਧ ਦੇਣ ਦੀਆਂ, ਉਹ 8-10-15-20 ਜਿਹੜੀ ਉਹਨਾਂ ਦੀ ਹੈ, ਵੇਖ ਕੇ ਲੈਦਾ ਲੈਦਾ ਮੱਝਾਂ 'ਚ ਹੋਇਆ ਜਾਂ ਉਸ ਹਿਸਾਬ ਨਾਲ, ਫਿਰ ਉਹਨੂੰ ਅਪਰੂਵਲ ਦਾ ਖਿਤਾਬ ਲੱਭੇ ਦਾ ਤਾਂ ਵੱਖਰੀ ਗੱਲ ਹੈ, ਲੇਕਿਨ ਖੂਬਸੂਰਤੀ ਜਾਂ ਨਸਲ ਵਾਈਜ਼ ਮੇਲਾ ਜਿਹੜਾ ਹੁੰਦਾ ਹੈ ਪੱਤੋ ਕਿ ਉਹਦੇ 'ਚ 2-3 ਵਾਰੀ ਉਹ ਚੈਂਪੀਅਨ ਬਣਿਆ, ਦੂਜੇ ਤੀਜੇ ਨੰਬਰ ਤੇ ਵੀ ਆਉਂਦਾ ਰਿਹਾ, ਮਾਂ ਉਹਦੀ ਨੇ ਦੋ ਹਜ਼ਾਰ ਮਾਰੂਫ 12 'ਚ ਮੇਲਾ ਜਿੱਤਿਆ ਸੀ, ਇਹ ਸਾਡੇ ਕੋਲ ਸਾਰੀ ਡਿਟੇਲ। ਚਿਸ਼ਤੀ ਸਾਹਿਬ ਦਾ ਸਵਾਲ ਹੈ ਕਿ ਬਰੀਡ ਇੰਪਰੂਵ ਕਰਨ ਵਾਸਤੇ ਕੋਈ ਤਜਵੀਜ਼ ਸਾਡੇ ਉਹ ਵਾਸਤੇ ਵੀ ਤੇ ਹਕੂਮਤ ਵਾਸਤੇ ਵੀ? ਤੁਹਾਡੇ ਵਾਸਤੇ ਹਕੂਮਤ ਕਰ ਰਹੀ ਹੈ, ਹਕੂਮਤ ਨੇ ਤਾਂ ਜਨਾਬ ਬੜਾ ਕੁਝ ਕੀਤਾ, ਹੁਣ ਅਸੀਂ ਆਪਣਾ ਆਪ ਨੁਕਸਾਨ ਕਰ ਰਹੇ ਹਾਂ ਨਾ, ਜਿਹੜੇ ਕਿਸਾਨ ਆ ਫਾਰਮਰ ਆ, ਇਹ ਜੀ ਜੀ ਆਪਣਾ ਅਸੀਂ ਆਪ ਕਰਨੇ ਆ ਨਸਲ ਤੇ ਜਨਾਬ ਦੇਖੋ, ਅਗਰ ਮੇਰੇ ਕੋ ਮੱਝ 10 ਕਿਲੋ ਵਾਲੀ ਤਾਂ ਮੈਨੂੰ ਚਾਹੀਦਾ, ਅਗਰ ਉਹਨੂੰ ਮੈਂ ਸੀਮਾ ਰਖਾਉਣਾ ਜਾਂ ਕ੍ਰਾਸ ਕਰਾਉਣਾ, ਮੈਂ ਕੋਸ਼ਿਸ਼ ਕਰਾਂ ਜੀ ਕਿਸੇ ਜੀ ਐਸੇ ਸਾਨ ਕੋ ਕਰਵਾਵਾਂ ਜਿਹਦੀ ਮਾਂ ਦਾ ਦੁੱਧ ਦਾ ਰਿਕਾਰਡ ਅੱਛਾ ਹੈ, ਆਪਣੇ ਆਪ ਹੀ ਨਸਲ ਜਿਹੜੀ ਇਨਕਰੀਜ਼ ਹੁੰਦੀ ਜਾਏਗੀ, ਬਿਹਤਰੀ ਵਾਲੇ ਪਾਸੇ ਹੁੰਦੀ ਜਾਏਗੀ, ਉਹ ਭਾਵੇਂ ਤੁਹਾਡੇ ਕੋਲ ਜੀ ਸੰਡਾ ਤਾਂ ਭਾਵੇਂ ਇੱਥੇ ਗਰੁੱਪ ਦੇ ਕਿਸੇ ਮੈਂਬਰ ਕੋ ਵੀ ਹੈ।
ਜੀ, ਆਪਣਾ ਅਖਤਰ ਬਲੋਚ ਸਾਹਿਬ ਕਹਿ ਰਹੇ ਨੇ ਮਲੰਗ ਦਾ ਸਿਰ ਚਿੱਟਾ ਹੋ ਗਿਆ। ਅਖਤਰ ਬਲੋਚ ਸਾਹਿਬ, ਤੁਹਾਡਾ ਤੇ ਤੁਹਾਡੇ ਭਤੀਜੇ ਦਾ ਵਿਆਹ ਇਨਸ਼ਾਅੱਲਾ ਇਕੱਠਾ ਹੀ ਹੋਵੇਗਾ, ਤੁਸੀਂ ਫਿਕਰ ਨਾ ਕਰੋ। ਮਸਾਲਾ ਹਫਤੇ 'ਚ 2 ਵਾਰੀ ਦੇਣਾ। ਵਿੱਕੀ ਜੱਟ ਸਾਹਿਬ ਜੀ, ਹਫਤੇ 'ਚ 2 ਵਾਰੀ ਨਾ ਦਿਆ ਕਰੋ, ਹਫਤੇ 'ਚ 1 ਵਾਰੀ ਦਿਆ ਕਰੋ ਜਾਂ 2 ਹਫਤਿਆਂ 'ਚ 1 ਵਾਰੀ ਦਿਆ ਕਰੋ। ਹੁਣ 2 ਹਫਤੇ ਚ 2 ਵਾਰੀ ਪਤਾ ਨਹੀਂ ਭਾਈ ਜਾਨ ਕਿਹੜਾ ਮਸਾਲਾ ਦਿੰਦੇ ਨੇ, ਜਾਂ ਤੋ ਕਮੈਂਟਸ ਚ ਦੱਸਣ ਨਾ, ਚਲੋ ਵੇਖ ਲਈਏ। ਇਹ ਜਿਹੜਾ ਦੱਸਿਆ ਹੀ ਚਲੋ ਦੱਸਿਆ ਜਿਹੜਾ ਵੀ ਵੀ ਪਕਾਣਾ ਵੀ ਨਹੀਂ ਦਿੰਦੇ ਪੈਂਦਾ, ਇਹ ਪਕਾਣਾ ਵੀ ਨਹੀਂ ਪੈਂਦਾ, ਨੇ। ਦਵਾਖਾਨੇ ਤੇ ਜਾਓ ਤੇ ਮਸ਼ੀਨਾਂ ਨੇ ਗ੍ਰੈਂਡ ਕਰਾ ਘਰ ਲੈ ਆਵੋ, ਦੇਸੀ ਮਾਲ ਹੈ, ਪਿੰਨੀ ਇੱਕ ਨਿੱਕੀ ਜਿਹੀ ਬਣਾ ਕੇ ਦੇ ਜਾਓ। ਵਿੱਕੀ ਜੱਟ ਸਾਹਿਬ ਕਹਿੰਦੇ ਨੇ ਜੀ, ਮੱਝ ਦੇ ਥਣ ਚ ਦੁੱਧ ਘੱਟ ਹੋ ਗਿਆ। ਪਿਛਲੇ ਲਾਈਵ ਪ੍ਰੋਗਰਾਮ ਦੇ ਵਿੱਚ ਡਾਕਟਰ ਵੈਸ ਭਾਈ ਨੇ ਦੱਸਿਆ ਸੀ ਕਿ ਸਰਫ ਟੈਸਟ ਕਿੰਜ ਕਰਨਾ ਹੈ। ਤੁਸੀਂ ਆਪਣਾ ਸਰਫ ਟੈਸਟ ਕਰੋ, ਜੇ ਤੁਹਾਡੀ ਮੱਝ ਨੂੰ ਸਾੜੂ ਹੈ, ਜਿਹਨੂੰ ਮਿਸਟਾਈਟਿਸ ਵੀ ਆਖਦੇ ਨੇ, ਤੇ ਉਹਦਾ ਇਲਾਜ ਕਰੋ। ਤੇ ਜੀ ਠੀਕ ਹੈ ਚੀਮਾ ਉਹ ਸਾਹਿਬ, ਕਿਦੋਂ ਦੀ ਸੂਈ ਹੈ, ਕੀ ਹਿਸਾਬ ਹੈ ਜਿਨ੍ਹਾਂ ਦੀ ਮੱਝ ਨੂੰ ਜਨਾਬ ਥਣ ਘਟੇ ਆ, ਤੇ ਸਰਫ ਟੈਸਟ ਕਰਨ ਦਾ ਬੜਾ ਆਸਾਨ ਜਿਹਾ ਤਰੀਕਾਕਾਰ ਹੈ। 4 ਕੌਲੀਆਂ ਲੈਣ, 1.5 ਲੀਟਰ ਜਾ ਦੀ ਜਾ ਪਾਣੀ ਦੀ ਬੋਤਲ ਲੈਣ, ਉਹਦੇ ਚ ਕੋਈ 2 ਚਮਚੇ ਸਰਫ ਦੇ ਪਾ ਕੇ ਪਾਣੀ ਹਿਲਾ ਕੇ ਰੱਖ ਲੈਣ, ਮਿਲਾ ਲੈਣ, ਜੀ, ਉਹ ਦੋ ਦੋ ਜਾ ਚਮਚੇ 4 ਕੌਲੀਆਂ ਚ ਪਾਣੀ ਪਾਈ ਜਾਣ, ਤੇ ਲੈਦਾ ਲੈਦਾ ਥਣਾਂ ਦੀਆਂ ਤਾਰਾਂ ਦਾ ਦੁੱਧ ਜਿਹੜਾ 2 2 ਚਮਚੀਆਂ ਉਹਦੇ ਚ ਪਾ ਕੇ ਉਹਨੂੰ ਮਿਕਸ ਕਰਕੇ ਵੇਖਣ, ਜਿਹੜਾ ਲੇਸਦਾਰ ਹੋ ਜਾਏ ਜਾਲੇਦਾਰ ਹੋ ਜਾਏ ਉਹਨੂੰ ਸਾੜੂ, ਤੇ ਅਗਰ ਦੁੱਧ ਲਹਿਦਾ ਰਹਿੰਦਾ ਤੇ ਪਾਣੀ ਸਰਫ ਜੀ ਲਹਿਦਾ ਰਹਿੰਦੀ ਹੈ, ਤੇ ਫਿਰ ਉਹ ਠੀਕ ਹੈ। ਬਿਲਕੁਲ ਠੀਕ ਹੋ ਗਿਆ। ਔਰ ਕਿਸੇ ਭਾਈ ਦਾ ਕੋਈ ਸਵਾਲ ਆਇਆ ਤੇ ਸਰ ਕਰ ਲਓ, ਫਿਰ ਇਨਸ਼ਾਅੱਲਾ ਇਖਤਤਾਮ ਕਰਾਂਗੇ। ਔਰ ਅਗਲਾ ਤੇ ਪ੍ਰੋਗਰਾਮ ਜੇ ਡਾਕਟਰ ਕੋਈ ਭੁੱਲ ਇਬਰਾਹਿਮ ਚੁੱਕ ਸਾਹਿਬ ਹੋਈ ਦਾ ਹੋਵੇ, ਭੁੱਲ ਚੁੱਕ ਹੋਈ ਹੋਵੇ ਤੇ ਭਾਈ ਜਾਨ ਦੁਆਵਾਂ ਯਾਦ ਰੱਖਿਓ ਤੇ ਮਾਫ ਕਰਿਓ, ਜੀ, ਕਿ ਕੁੱਲੋ ਅਕਲ ਜਾ ਜਿਹੜਾ ਹਰ ਬੰਦਾ ਨਹੀਂ ਹੁੰਦਾ, ਜਾ ਅਕਲੇ ਮਲੰਗਾ ਕੁੱਲ ਤੇ ਜਨਾਬ ਕੋਈ ਵੀ ਨਹੀਂ ਹੋ ਸਕਦਾ, ਸਾਡੀ ਤੇ ਤੇ ਸਾਰੇ ਮੈਂ ਭਰਾਵਾਂ ਆਖਾਂ ਦੀ ਜੀ ਮੈਂ ਹੀ ਕੋਸ਼ਿਸ਼ ਰਹਿਣੀ ਅਕਲੇ ਹੈ। ਕੁੱਲ ਹਾਂ, ਮੈਂ ਅਕਲੇ ਕੁੱਲ ਹਾਂ, ਦੁਨੀਆ ਤੇ ਹੋਰ ਬੰਦਾ ਨਹੀਂ ਤਾਂ ਗਲਤ ਗੱਲ ਹੈ। ਨੈਕਸਟ ਜਾ ਟਾਈਮ ਕੋਸ਼ਿਸ਼ ਕਰਾਂਗਾ ਮੈਂ ਪਾਕਿਸਤਾਨ ਜਾ ਕੇ ਤੇ ਨੀਲੀ ਤੇ ਮਜੀਦ ਹੋਰ ਤੁਹਾਨੂੰ ਰੋਸ਼ਨੀ ਪਵਾ ਕੇ ਦੱਸਾਂਗਾ, ਕੋਈ ਉਹ ਦੋਸਤਾਂ ਕੋਲੋਂ ਜਿਨ੍ਹਾਂ ਦੇ ਘਰ ਨੀਲੀ ਵੀ ਹੈ, ਜਿਹੜੇ ਨੀਲੀ ਤੇ ਕੰਮ ਵੀ ਕੀਤਾ ਹੈ, ਜਿਨ੍ਹਾਂ ਦੇ ਘਰ ਰਾਵੀ ਹੈ, ਕਿ ਚਲੋ ਤੁਹਾਨੂੰ ਨਾਲ ਜਾਨਵਰ ਹੀ ਜੀ ਦਿਖਾਉਂਦੇ। ਹੁਣ ਮੇਰਾ ਪਹਿਲਾਂ ਦਿਲ ਆਇਆ ਸੀ ਕਿ ਨੀਲੀ ਦੀਆਂ ਮੱਝਾਂ ਦੀਆਂ ਕੋਈ ਤਸਵੀਰਾਂ ਮੈਂ ਲੈਪਟਾਪ 'ਚੋਂ ਕੱਢ ਕੇ ਲਿਆਉਂਦਾ ਪੁਰਾਣੀਆਂ, ਟਾਈਮ ਸ਼ਾਰਟ ਸੀ ਤੇ ਜੀ ਇਹਦੀ ਵਜ੍ਹਾ ਤੋਂ ਨਹੀਂ ਹੋਇਆ, ਰਾਵੀ ਦੀਆਂ ਕੱਢ ਦੇ ਬਕਾਇਦਾ, ਫਿਰ ਲਾਈਵ 'ਚ ਵਿਖਾਉਂਦੇ ਕਿ ਇਹ ਨੀਲੀ ਹੈ ਤੇ ਇਹ ਰਾਵੀ ਹੈ, ਜਨਾਬ ਇਹਨਾਂ ਨੂੰ ਕੰਪੇਅਰ ਕਰ ਲਓ। ਜਾ ਜਾ ਨਹੀਂ, ਫੋਟੋਆਂ ਤੇ ਚਲੋ ਦੇਖਦੇ ਹੀ ਰਹਿੰਦੇ ਨੇ, ਆ ਜਿਹੜੀਆਂ ਨਿਸ਼ਾਨੀਆਂ ਦੱਸ ਛੜੀਆਂ ਨੇ ਜ਼ਿਆਦਾ ਜ਼ਰੂਰੀ ਸਨ। ਤੇ ਬਕਾਇਦਾ ਲਾਈਵ ਵੱਲ ਦੱਸਾਂਦੇ ਨਾ ਬ੍ਰੀਡਿੰਗ ਭਾਅ ਜੀ, ਹੁਣ ਮੱਝਾਂ ਜਾ ਕੇ ਵਹਾ ਕੇ। ਚੌਧਰੀ ਸ਼ਬਾਜ਼ ਸਾਹਿਬ ਸਵਾਲ ਕਰ ਰਹੇ ਨੇ ਕਿ ਬ੍ਰੀਡਿੰਗ ਬੁੱਲ ਰੱਖਣਾ ਹੋਵੇ ਤਾਂ ਕਿਸ ਨਸਲ ਦਾ ਰੱਖਣਾ ਚਾਹੀਦਾ ਹੈ, ਉਹਦੀਆਂ ਕੀ ਨਿਸ਼ਾਨੀਆਂ ਹੋਣੀਆਂ ਚਾਹੀਦੀਆਂ ਨੇ? ਨਸਲ ਵੇਖੋ ਜਿਹੜੀ ਵੀ ਹੈ, ਤੁਸੀਂ ਕਿਤੇ ਤੇ ਨਸਲ ਦੇ ਕੰਮ ਕਰਨਾ ਹੈ, ਤੁਸੀਂ ਖੂਬਸੂਰਤੀ ਤੇ ਕਰਨਾ ਹੈ, ਤੁਸੀਂ ਦੁੱਧ ਲੈਣ ਤੇ ਕਰਨਾ ਹੈ, ਤੁਸੀਂ ਥਣ ਚੱਡੇ ਤੇ ਕਰਨਾ ਹੈ, ਤੁਸੀਂ ਕਿਹੜੀ ਚੀਜ਼ ਤੇ ਕਰਨਾ ਹੈ, ਮੱਝਾਂ ਦੀ ਹੱਡੀਆਂ ਤੁਸੀਂ ਦੀ ਹਿਫਾਜ਼ਤ ਤੇ ਕਰਨਾ ਹੈ, ਦੁੱਧ ਦੁੱਧ ਤੇ ਜਿਹੜੀ ਲੈ ਲਓ ਮੱਝ, ਕਿ ਵੇਖੋ ਆ ਨਾਰਮਲ ਮੱਝ ਜਿਹੜੀ ਹੈ ਨਾ ਭਾਅ ਜੀ, ਜਿਹੜੇ ਸਾਡੇ ਪਿੰਡ ਥਾਂ ਨੇ, ਜਿੰਝ ਮੈਂ ਵਾਂ ਪਿੰਡ ਦਾ ਜਾਂ ਮੇਰੇ ਦੋਸਤ ਜੀ ਨੇ ਜਾਂ ਤੁਸੀਂ ਹੋ ਪਿੰਡ ਦਾ, ਜਿਹੜੀ ਅਕਸਰੀਅਤ ਤੁਹਾਡੇ ਇਲਾਕੇ 'ਚ ਬੁੱਲ ਰੱਖਿਆ ਜਾਂਦਾ ਮਸਜਿਦ ਦੇ ਨਾਂ ਦਾ, ਹਲੇ ਵੀ ਮੇਰੇ ਖਿਆਲ ਨਾਲ ਰੱਖਿਆ ਜਾਂਦਾ, ਜੀ ਜਾ 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 ਰੱਖਿਆ ਜਾਂਦਾ ਜਨਾ, ਉਹ ਬਿਲਕੁਲ ਮੱਝ ਰੱਖਿਆ ਪਿੰਡ 'ਚ ਜਾਂਦਾ। ਉਸ ਮੱਝ ਦਾ ਬੱਚਾ ਰੱਖਦੇ ਨੇ ਜਿਹੜੀ ਮੱਝ ਅਕਸਰੀਅਤ ਮੱਝਾਂ ਨਾਲ ਜ਼ਿਆਦਾ ਦੁੱਧ ਦਿੰਦੀ ਹੈ, ਠੀਕ ਹੋ ਗਿਆ ਜਾ 15 ਸਿਰ ਦਿੰਦੀ ਹੈ, 16 ਸਿਰ ਦਿੰਦੀ ਹੈ, ਆਹੀ ਦੁੱਧ ਜੀ। ਪੂਰੇ ਪਿੰਡ 'ਚ ਜੋ ਮੱਝ ਦਾ ਜੀ ਰੱਖ ਲਓ, ਮੱਝ ਉਸ ਦਾ ਬੁੱਲ ਰੱਖਣਾ ਚਾਹੀਦਾ ਜਿਹੜੀ ਮੱਝ ਆਪ ਨਫੀਸ ਹੋਵੇ, ਥਣ ਚੱਡੇ ਦੀ ਕਮਾਲ ਹੋਵੇ, ਦੁੱਧ ਦੇਣਾ ਜਾਣਦੀ ਹੋਵੇ, ਨਸਲ ਹੋ ਜਿਹੜੀ ਵੀ, ਠੀਕ ਹੋ ਗਿਆ। ਤੁਸੀਂ ਦੁੱਧ ਲੈਣ ਮੰਮਲ ਤੇ ਕੰਮ ਸ਼ਵੇਤ ਸਾਹਿਬ ਕਰਨਾ ਸਵਾਲ, ਜਾਣਦੇ ਹੋ, ਤੇ ਉਹਦੇ ਜੋ ਉਹਨੂੰ ਸਾੜੂ ਨਾ ਹੋਵੇ, ਉਹਨੂੰ ਮੂੰਹ ਸੜੀ ਨਾ ਹੋਵੇ, ਉਹ ਬਿਮਾਰੀਆਂ ਸ਼ਮਾਰੀਆਂ ਤੋਂ ਬਚੀ ਹੋਵੇ, ਉਹਦਾ ਬੱਚਾ ਚੰਗੇ ਅੱਗੋਂ ਬੁੱਲ ਦਾ ਪੁੱਤਰ ਹੋਵੇ, ਯਾਨੀ ਕਿ ਮਾਂ ਚੰਗੀ ਹੋਵੇ ਤੇ ਮਤਲਬ ਬੁੱਲ ਸੰਡਾ ਹੋਵੇ, ਜਿਹੜੇ ਦੇ ਤੇ ਪੱਠੇ ਲਿਆਈ ਦੇ ਨੇ ਟੱਗਿਓ ਕੋ, ਉਹ ਰੇੜਿਓ ਕੱਢ ਕੇ ਤੇ ਪਾ ਲਿਆ, ਮੱਝ ਤੇ ਕ੍ਰਾਸ ਕਰਾ ਲਿਆ ਤੇ ਉਹਦਾ ਰੱਖ ਲਿਆ, ਨਹੀਂ, ਮਾਂ ਬਾਪ ਦਾ ਚੰਗਾ ਹੋਣਾ ਲਾਜ਼ਮ ਜ਼ਰੂਰੀ ਹੈ, ਤਾਂ ਅੱਗੋਂ ਰੱਬ ਜੋ ਕਰੇ ਉਹ ਹੀ, ਨਾ ਸਾਰੇ ਸਾਣ ਚੰਗਾ ਸੁਣਦੇ ਨੇ, ਨਾ ਸਾਰੇ ਸਾਣ ਚੰਗੇ ਬੱਚੇ ਬਣਾਉਂਦੇ ਨੇ, ਜਾ ਜਾ ਮਿਹਨਤ ਕਰਨੀ ਇਨਸਾਨ ਦਾ, ਉਤੋਂ ਫਲ ਲਾਣਾ ਰੱਬ ਦੇ ਵਾਸਤੇ। ਜੀ ਠੀਕ ਹੈ ਚੀਮਾ ਸਾਹਿਬ, ਬਹੁਤ ਗੁਜ਼ਾਰਿਸ਼। ਫਿਰ ਦੋਸਤੋ ਕਿਆ ਸੁਣਿਆ ਸਾਨੂੰ ਮਾਫ ਕਰਿਓ, ਇਨਸ਼ਾਅੱਲਾ ਤਾਲਾ ਫਿਰ ਹਾਜ਼ਰ ਹੋਵਾਂਗੇ। ਅਗਲਾ ਪ੍ਰੋਗਰਾਮ ਹੋਏਗਾ ਇਨਸ਼ਾਅੱਲਾ ਰੀਪ੍ਰੋਡਕਸ਼ਨ ਦੇ ਵਿੱਚ ਅਗਲਾ ਪ੍ਰੋਗਰਾਮ ਕਰਾਂਗੇ, ਤੇ ਉਸ ਦੀ ਬਾਅਦ ਗਾਵਾਂ ਦੀ ਨਸਲ ਤੇ ਵਿਕਾਸ ਗੁੱਜਰ ਸਾਹਿਬ ਨੂੰ ਲਿਆਵਾਂਗੇ। ਆਪਣੀ ਸਾਹਿਵਾਲ ਸਿੰਧੀ ਚੋਲਸਤਾਨੀ ਦੇ ਉੱਤੇ ਗੱਲਬਾਤ ਹੋਏਗੀ, ਦੁਆਵਾਂ 'ਚ ਯਾਦ ਰੱਖਿਓ। ਅਸਲਾਮ ਜੀ, ਵਾਲੇਕੁਮ। ਬਿਲਕੁਲ, ਵਾਲੇਕੁਮ ਅਸਲਾਮ ਜੀ।